ਮਾਇਆ ਦੇ ਭੁਲੇਖੇ। ਸਰਕਸ ਦੇ ਤਮਾਸ਼ੇ ਵਿੱਚ ਜਿੱਥੇ ਹੋਰ ਜਾਨਵਰਾਂ ਦੇ ਖੇਲ ਦਿਖਾਏ ਜਾਂਦੇ ਨੇ, ਉੱਥੇ ਇੱਕ ਸ਼ੇਰ ਦਾ ਖੇਲ ਵੀ ਹੁੰਦਾ ਹੈ। ਇਹ ਸ਼ੇਰ ਜਦੋਂ ਛੋਟਾ ਜਿਹਾ ਬੱਚਾ ਹੁੰਦਾ ਤਾਂ ਇਸ ਨੂੰ ਜੰਗਲ ਵਿੱਚੋਂ ਫੜ ਕੇ ਲੈ ਆਉਂਦੇ ਨੇ ਤੇ ਘਰ ਵਿੱਚ ਰੱਖ ਕੇ ਪਾਲਦੇ ਨੇ। ਇਹਨੂੰ ਕੋਈ ਜਾਨਵਰ ਮਾਰ ਕੇ ਖਾਣ ਵਾਸਤੇ ਨਹੀਂ ਦਿੱਤਾ ਜਾਂਦਾ, ਸਗੋਂ ਰੋਜ਼ ਮਾਸ ਦੇ ਟੁਕੜੇ ਉਸਨੂੰ ਪੇਟ ਭਰਨ ਵਾਸਤੇ ਦਿੱਤੇ ਜਾਂਦੇ ਨੇ। ਉਹਨੂੰ ਆਪਣੇ ਲੰਮੇ ਜ਼ਬਰਦਸਤ ਤੇਜ਼ ਨਹੁੰਆਂ ਜਾਂ ਲੰਮੇ ਦੰਦਾਂ ਨਾਲ ਜਾਨਵਰਾਂ ਦੀ ਚੀਰ ਫਾੜ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਸ਼ੇਰ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਹਦੇ ਕੋਲ ਬੜੇ ਜ਼ਬਰਦਸਤ ਹਥਿਆਰ ਵੀ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਉਹ ਸਾਰੇ ਜਾਨਵਰਾਂ ਦਾ ਸ਼ਿਕਾਰ ਕਰ ਸਕਦਾ ਹੈ ਅਤੇ ਆਪਣੇ ਜੰਗਲ ਦਾ ਬਾਦਸ਼ਾਹ ਹੈ ਤੇ ਉਸ ਦੀ ਸ਼ਕਤੀ ਇੱਕ ਮਨੁੱਖ ਕੀ ਬਹੁਤ ਸਾਰੇ ਮਨੁੱਖਾਂ ਜਾਂ ਹਾਥੀਆਂ ਵਰਗੇ ਵੱਡੇ ਜਾਨਵਰਾਂ ਜਾਂ ਤਲਵਾਰਾਂ ਤੇ ਬੰਦੂਕਾਂ ਨਾਲੋਂ ਵੀ ਵੱਧ ਹੈ ਅਤੇ ਜਿਹੜੀ ਸ਼ਕਤੀ ਉਹ ਇਹਨਾਂ ਚੀਜ਼ਾਂ ਤੋਂ ਡਰਦੀ ਨਹੀਂ ਅਤੇ ਕਦੇ ਕਦਮ ਪਿੱਛੇ ਨਹੀਂ ਹਟਾਉਂਦੀ। ਇਸ ਭੁਲੇਖੇ ਵਿੱਚ ਪਾ ਕੇ ਸ਼ੇਰ ਨੂੰ ਮਨੁੱਖ ਆਪਣੇ ਅਧੀਨ ਰਹਿਣਾ ਸਿਖਾਉਂਦਾ ਤੇ ਉਸ ਨੂੰ ਖੇਡਾਂ ਕਰਨ ਵਾਸਤੇ ਤਿਆਰ ਕਰਦਾ। ਚਾਬਕ ਦਾ ਡਰ ਉਸ ਦੇ ਦਿਲ ਵਿੱਚ ਬਿਠਾਇਆ ਜਾਂਦਾ ਤੇ ਫਿਰ ਮਰਜ਼ੀ ਮੁਤਾਬਕ ਖੇਲ ਨਾ ਕਰਨ ਤੇ ਚਾਬਕ ਮਾਰ ਮਾਰ ਕੇ ਉਸ ਨੂੰ ਖੇਲ ਕਰਨ ਲਈ ਮਜਬੂਰ ਕੀਤਾ ਜਾਂਦਾ। ਜਦੋਂ ਉਹ ਖੇਲ ਕਰਨੋਂ ਰੁਕੇ ਜਾਂ ਚਾਬਕ ਵੱਜਣ ਦਾ ਗੁੱਸਾ ਕਰੇ ਤਾਂ ਖਾਣਾ ਬੰਦ ਕਰਕੇ ਸਜ਼ਾ ਦਿੱਤੀ ਜਾਂਦੀ ਹੈ। ਸ਼ੇਰ ਨੂੰ ਕਦੇ ਵੀ ਇਹ ਖਿਆਲ ਹੀ ਨਹੀਂ ਆਉਂਦਾ ਵੀ ਉਹ ਕਿੰਨੀ ਕੁ ਸ਼ਕਤੀ ਦਾ ਮਾਲਕ ਹੈ ਅਤੇ ਆਪਣੀ ਇਸ ਅਧੀਨਗੀ ਦੀ ਜ਼ਿੰਦਗੀ ਤੋਂ ਸਿਵਾ ਉਸ ਨੇ ਨਾ ਹੋਰ ਕੁਝ ਵੇਖਿਆ ਹੁੰਦਾ ਤੇ ਨਾ ਹੀ ਉਸ ਦੇ ਖਿਆਲ ਵਿੱਚ ਸ਼ੇਰ ਦੀ ਤਾਕਤ, ਬਹਾਦਰੀ, ਆਜ਼ਾਦੀ ਜਾਂ ਬਾਦਸ਼ਾਹਤ ਦਾ ਖਿਆਲ ਆਉਂਦਾ। ਇੱਕ ਦਿਨ ਇੱਕ ਆਦਮੀ ਜਿਹੜਾ ਸਰਕਸ ਦਾ ਤਮਾਸ਼ਾ ਵੇਖਣ ਗਿਆ, ਉਸ ਨੇ ਤਮਾਸ਼ੇ ਵਿੱਚ ਸ਼ੇਰ ਦੀ ਇਹ ਦੁਰਗਤੀ ਵੇਖ ਕੇ ਬੜਾ ਤਰਸ ਖਾਧਾ ਤੇ ਉਸ ਨੇ ਆਪਣੇ ਮਨ ਵਿੱਚ ਇਹ ਫੈਸਲਾ ਕੀਤਾ ਕਿ ਇਸ ਤਮਾਸ਼ੇ ਤੋਂ ਬਾਅਦ ਮੈਂ ਸ਼ੇਰ ਨੂੰ ਜ਼ਰੂਰ ਮਿਲ ਕੇ ਉਸ ਨੂੰ ਪਿੰਜਰੇ ਵਿੱਚੋਂ ਆਜ਼ਾਦ ਹੋਣ ਦਾ ਸੰਦੇਸ਼ ਦੇਵਾਂਗਾ। ਉਹ ਸ਼ੇਰ ਕੋਲ ਗਿਆ ਤੇ ਉਹਨੂੰ ਜਾ ਕੇ ਕਹਿਣ ਲੱਗਾ, ਅੱਜ ਮੈਨੂੰ ਤੇਰਾ ਹਾਲ ਵੇਖ ਕੇ ਬੜਾ ਤਰਸ ਆਇਆ ਤੇ ਮੈਂ ਤੈਨੂੰ ਇਹ ਦੱਸਣ ਆਇਆ ਕਿ ਤੂੰ ਭੁਲੇਖੇ ਵਿੱਚ ਪਿਆ ਹੋਇਆ ਤਕਲੀਫਾਂ ਚੱਲ ਰਿਹਾ, ਤੂੰ ਤੇ ਜੰਗਲ ਦਾ ਬਾਦਸ਼ਾਹ, ਜੰਗਲ ਦੇ ਸਾਰੇ ਜਾਨਵਰ ਤੇਰੇ ਅਧੀਨ ਨੇ ਤੇ ਤੇਰੇ ਖੁਰਾਕ ਨੇ, ਤੇਰੇ ਦੰਦ ਤੇ ਪੰਜੇ ਤੇ ਤੇਰੀ ਬਹਾਦਰੀ ਸਭ ਜਾਨਵਰਾਂ ਕੋਲੋਂ ਤੇਜ਼, ਜ਼ਿਆਦਾ ਤਾਕਤ ਵਾਲੀ ਤੇ ਇਹ ਕਦੇ ਨਾ ਹਾਰਨ ਵਾਲੇ ਹਥਿਆਰ ਨੇ। ਆ ਜਿਹੜੀ ਇੱਕ ਨਿੱਕੀ ਜਿਹੀ ਔਰਤ ਤੈਨੂੰ ਚਾਬਕ ਮਾਰ ਮਾਰ ਕੇ ਖੇਲ ਕਰਨਾ ਸਿਖਾਉਂਦੀ ਏ ਤੇ ਤੂੰ ਜਿਹਦੇ ਕੋਲੋਂ ਡਰਦਾ, ਇਹ ਤੇ ਤੇਰੀਆਂ ਨੌਂਦਰਾਂ ਦੀ ਤਾਕਤ ਦੀ ਇੱਕ ਸਕਿੰਟ ਦੀ ਮਾਰ ਹੈ। ਜਿਸ ਵੇਲੇ ਤੈਨੂੰ ਜ਼ਰਾ ਪਿੰਜਰੇ ਵਿੱਚੋਂ ਬਾਹਰ ਕੱਢਣ, ਤੂੰ ਭੱਜ ਜਾ ਤੇ ਜਿਹੜਾ ਤੈਨੂੰ ਫੜਨ ਦੀ ਕੋਸ਼ਿਸ਼ ਕਰੇ ਉਹਨੂੰ ਪਾੜ ਦੇ। ਤੇਰੀ ਬਹਾਦਰੀ ਤੇ ਤਾਕਤ ਅੱਗੇ ਕੋਈ ਨਹੀਂ ਖੜੋ ਸਕਦਾ, ਹਿੰਮਤ ਕਰ ਤੇ ਆਜ਼ਾਦ ਹੋ ਜਾ। ਸ਼ੇਰ ਇਹ ਗੱਲਾਂ ਸੁਣ ਕੇ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ, ਬਈ ਤੂੰ ਮੈਨੂੰ ਖੁਸ਼ ਕਰਨ ਵਾਲੀਆਂ ਬੜੀਆਂ ਗੱਲਾਂ ਦੱਸੀਆਂ ਨੇ, ਪਰ ਤੂੰ ਮੇਰੇ ਨਾਲ ਹਮਦਰਦੀ ਕਿਉਂ ਕਰ ਰਿਹਾ? ਕੀ ਤੂੰ ਇਹ ਚਾਹੁੰਦਾ ਬਈ ਮੈਂ ਇੱਥੋਂ ਨਿਕਲਾਂ ਤੇ ਤੂੰ ਮੈਨੂੰ ਰਸਤੇ ਵਿੱਚੋਂ ਫੜ ਕੇ ਕਿਤੇ ਹੋਰ ਲੈ ਜਾਏ
ਤੇ ਫਿਰ ਮੇਰੇ ਉੱਤੇ ਇਹਦੇ ਨਾਲੋਂ ਵੀ ਵੱਧ ਜ਼ੁਲਮ ਕਰੇ। ਤੇ ਨਾਲੇ ਜੇ ਮੈਨੂੰ ਇੱਥੋਂ ਭੱਜਦਿਆਂ ਹੋਇਆਂ ਇਸੇ ਸਰਕਸ ਵਾਲਿਆਂ ਨੇ ਫੜ ਲਿਆ ਤਾਂ ਫਿਰ ਮੈਨੂੰ ਬੜੀ ਮਾਰ ਪਏਗੀ, ਨਾਲੇ ਭੁੱਖਾ ਰਹਿਣਾ ਪਏਗਾ। ਤੂੰ ਜਿਹੜੇ ਸਬਜ਼ ਬਾਗ ਵਿਖਾਉਣਾ ਪਿਆ ਇਹ ਕਦੇ ਮੇਰੇ ਤਜਰਬੇ ਵਿੱਚ ਨਹੀਂ ਆਏ ਤੇ ਨਾ ਹੀ ਇਹਨਾਂ ਦੀ ਕੋਈ ਉਮੀਦ ਹੈ। ਮੇਰੇ ਨਾਲ ਦੇ ਹੋਰ ਚਾਰ ਸ਼ੇਰ ਵੀ ਤਾਂ ਇਸੇ ਸਰਕਸ ਵਿੱਚ ਨੇ, ਕਦੇ ਉਹਨਾਂ ਨੇ ਵੀ ਇਹੋ ਦੀਆਂ ਗੱਲਾਂ ਨੂੰ ਨਹੀਂ ਵੇਖਿਆ ਜਿਹੜੀਆਂ ਤੂੰ ਦੱਸੀਆਂ ਨੇ। ਇਸ ਲਈ ਤੂੰ ਮਿਹਰਬਾਨੀ ਕਰ ਤੇ ਇੱਥੋਂ ਤੁਰਦਾ ਲੱਗ ਤੇ ਮੈਨੂੰ ਮੇਰੇ ਹਾਲ ਤੇ ਛੱਡ ਦੇ। ਜਿਹੜਾ ਹਾਲ ਅਸੀਂ ਇਸ ਸ਼ੇਰ ਦਾ ਹੁਣੇ ਸੁਣਿਆ ਬਿਲਕੁਲ ਇਸੇ ਤਰ੍ਹਾਂ ਦਾ ਹਾਲ ਸਾਡਾ। ਛੋਟੇ ਹੁੰਦਿਆਂ ਤੋਂ ਹੀ ਇਸ ਮਾਇਆ ਨੇ ਸਾਡੇ ਉੱਤੇ ਇੰਨਾ ਰੋਹਬ ਪਾਇਆ ਹੋਇਆ ਕਿ ਅਸੀਂ ਸਿਰ ਨਹੀਂ ਚੁੱਕ ਸਕਦੇ, ਆਪਣੇ ਆਪ ਨੂੰ ਬੇਵੱਸ ਤੇ ਲਾਚਾਰ ਸਮਝਦੇ ਹਾਂ। ਮਾਇਆ ਦੀਆਂ ਪੈਦਾ ਕੀਤੀਆਂ ਬਿਮਾਰੀਆਂ, ਥੁੜਾਂ, ਮੌਤ, ਪਾਪ ਨੂੰ ਆਪਣੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਸਮਝਦੇ ਹਾਂ ਤੇ ਕਹਿੰਦੇ ਹਾਂ ਵੀ ਸਰੀਰ ਹੈ ਤਾਂ ਬਿਮਾਰੀ ਨੇ ਜ਼ਰੂਰ ਆਉਣਾ। ਬੰਦਾ ਕਿੰਨਾ ਵੀ ਕਿਤੇ ਘੱਟ ਖਰਚ ਨਾਲ ਗੁਜ਼ਾਰਾ ਕਿਉਂ ਨਾ ਕਰੇ, ਥੋੜ੍ਹਨੇ ਆ ਹੀ ਜਾਣਾ। ਇਸੇ ਤਰ੍ਹਾਂ ਦੁਨੀਆਂ ਦੀਆਂ ਹੋਰ ਮੁਸੀਬਤਾਂ ਤੋਂ ਬਚ ਨਿਕਲਣਾ ਸੰਭਵ ਨਹੀਂ ਹੈਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਹੋਏ ਨਾਮ ਦੀ ਸ਼ਕਤੀ ਜਿਸ ਨਾਲ ਸਭ ਦੁੱਖ ਤੇ ਤਕਲੀਫਾਂ ਨਾਸ ਹੋ ਜਾਂਦੀਆਂ ਨੇ, ਉਸ ਨੂੰ ਕਦੇ ਹਾਸਲ ਕਰਨ ਜਾਂ ਵਰਤਣ ਦਾ ਖਿਆਲ ਹੀ ਨਹੀਂ ਆਇਆ। ਸ਼ੇਰ ਦੇ ਖਿਆਲ ਵਾਂਗ ਮਾਇਆ ਤੋਂ ਆਜ਼ਾਦੀ ਦੇ ਖਿਆਲ ਨੂੰ ਅਸੀਂ ਹਰਗਿਜ਼ ਸੰਭਵ ਹੀ ਨਹੀਂ ਸਮਝਦੇ। ਬਾਵਜੂਦ ਤਕਲੀਫਾਂ ਦੇ, ਮਾਇਆ ਦੇ ਅਗਨ ਸਾਗਰ ਵਿੱਚੋਂ ਨਿਕਲਣ ਲਈ ਅਸੀਂ ਤਿਆਰ ਹੀ ਨਹੀਂ ਹੁੰਦੇ। ਸਗੋਂ ਜਿਹੜਾ ਵੀ ਬੰਦਾ ਆਜ਼ਾਦੀ ਦਾ ਸੰਦੇਸ਼ ਦੇਵੇ ਅਸੀਂ ਉਸ ਨੂੰ ਸੁਣਨਾ ਹੀ ਪਸੰਦ ਨਹੀਂ ਕਰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਸੀਂ ਰੋਜ਼ ਇਹ ਸੰਦੇਸ਼ ਪੜ੍ਹਦੇ ਹਾਂ ਕਿ ਹੇ ਮਨੁੱਖ, ਤੂੰ ਜੋਤ ਸਰੂਪ ਹੈ, ਤੈਨੂੰ ਬਿਮਾਰੀ ਤੇ ਮੌਤ ਨਹੀਂ ਹੁੰਦੀ, ਤੂੰ ਸਰੀਰ ਨਹੀਂ ਹੈਗਾ। ਅਸੀਂ ਹਰ ਰੋਜ਼ ਇਹ ਵੇਖਨੇ ਵੀ ਹਾਂ ਵੀ ਮਰਨ ਤੋਂ ਬਾਅਦ ਸਰੀਰ ਤੇ ਪਿਆ ਰਹਿੰਦਾ ਤੇ ਕਹੀਦਾ ਕਿ ਜੋਤ ਮਨੁੱਖ ਵਿੱਚੋਂ ਨਿਕਲ ਗਈ ਹੈ। ਜਿਵੇਂ ਸੂਰਜ ਦੀ ਕਿਰਨ ਵਿੱਚ ਸੂਰਜ ਦੇ ਸਾਰੇ ਗੁਣ ਹੈਗੇ ਨੇ, ਇਸੇ ਤਰ੍ਹਾਂ ਜੋਤ ਵਿੱਚ ਵਾਹਿਗੁਰੂ ਦੇ ਸਾਰੇ ਗੁਣ ਪ੍ਰਕਾਸ਼ਮਾਨ ਹੋ ਰਹੇ ਨੇ। ਵਾਹਿਗੁਰੂ ਦੀ ਜੋਤ ਨੂੰ ਆਪਣੇ ਅੰਦਰ ਹਰ ਵੇਲੇ ਵੇਖਣ ਨਾਲ ਸਰੀਰ ਰੌਸ਼ਨ ਹੋ ਜਾਂਦਾ ਹੈ ਤੇ ਸਭ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ। ਸੁੱਖ ਤੇ ਚੈਨ ਹਰ ਵੇਲੇ ਹਾਸਲ ਰਹਿੰਦਾ ਹੈ। ਵਾਹਿਗੁਰੂ ਬੇਅੰਤ ਹੈ ਜਿਸ ਕਰਕੇ ਉਸ ਦੀ ਹਾਜ਼ਰੀ ਵਿੱਚ ਕਿਸੇ ਕਿਸਮ ਦੀ ਕੋਈ ਥੋੜ ਆ ਨਹੀਂ ਸਕਦੀ। ਹਰ ਜ਼ਰੂਰਤ ਪੂਰੀ ਕਰਨ ਵਾਸਤੇ ਬੰਦੇ ਨੂੰ ਪੂਰੇ ਗੱਫੇ ਮਿਲਦੇ ਨੇ। ਇਸ ਤਰ੍ਹਾਂ ਦੇ ਅਨੇਕਾਂ ਸੰਦੇਸ਼ ਦੁਨੀਆਂ ਦੀਆਂ ਤਕਲੀਫਾਂ ਤੋਂ ਬਚਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲਦੇ ਨੇ, ਪਰ ਬੰਦਾ ਨਾ ਤੇ ਧਿਆਨ ਨਾਲ ਸੁਣਦਾ ਤੇ ਨਾ ਹੀ ਉਹਨਾਂ ਤੇ ਅਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਹੋਏ ਸੁੱਖ ਹਾਸਲ ਕਰਦਾ। ਲਓ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਸੁਣੋ ਕਿ ਬੰਦਾ ਕਿਸ ਤਰ੍ਹਾਂ ਮਾਇਆ ਦੇ ਭੁਲੇਖੇ ਵਿੱਚ ਭਟਕ ਰਿਹਾ। ਗੁਰੂ ਜੀ ਆਖਦੇ ਨੇ, ਈਂਧਨ ਤੇ ਬੈਸੰਤਰ ਭਾਗੈ, ਮਾਟੀ ਕਉ ਜਲ ਦਹਿ ਦਿਸ ਤਿਆਗੈ, ਉਪਰ ਚਰਨ ਤਲੈ ਆਕਾਸ਼, ਘਟ ਮੈਂ ਸਿੰਧ ਕੀਓ ਪ੍ਰਕਾਸ਼, ਐਸਾ ਸਮਰਥ ਹਰਜੀਓ ਆਪ, ਨਿਮਖ ਨਾ ਬਿਸਰੈ ਜੀ ਭਗਤਨ ਕੈ, ਆਠ ਪਹਿਰ ਮਨ ਤੰਗ ਕਉ ਜਾਪ ਰਹਾਓ। ਪ੍ਰਥਮੇ ਮਾਖਣ ਪਾਛੈ ਦੂਧ, ਮੈਲੂ ਕੀਨੋ ਸਾਬਨ ਸੂਦ, ਭੈ ਤੇ ਨਿਰਭਉ ਡਰਤਾ ਫਿਰੈ, ਹੋਂਦੀ ਕਉ ਅਣਹੋਂਦੀ ਹਿਰੈ,
देही गुप्त विदेही दिसै, सगले साज करत जगदीशै। ठगनहार अण ठगदा ठगै, बिन वखर फिर उठ लागै। कदों तक असी माया दे भुलेखियां विच फसे रवांगे ते दुखी हुंदे रवांगे। ये तकलीफां हर घड़ी सानू याद करवा रही ने कि सुखी रहण दा राह लभो। श्री गुरु ग्रंथ साहिब जी बार बार संदेश दे रहे ने कि नाम हासिल करो ते नाम विचों कुल लोक परलोक दियां खुशियां ते आनंद हासिल करो। नाम हासिल करन वास्ते गुरु ग्रंथ साहिब जी दा पाठ करना, समझना ते उहदे उत्ते अमल करना ते सिमरन करना जरूरी है। श्री गुरु ग्रंथ साहिब जी का दूसरा फैसला सुन के वाहगुरु दे नाम नू हिरदे विच रखन नाल की सुख मिलदे ने ते किस तरह तकलीफां हट सकदियां ने, आओ उस नू धारण करन दा यतन करिए। गुरु जी आखदे ने, जां कौ मुश्किल अत बणै ढोई कोए ना दे, लागू होए दुश्मना साक पे भज खले, सबो भजै आसरा चूकै सब असराओ, चित आवै उस पार ब्रह्म लगै ना तत्ती वाओ। साहेब नितान्या का तान, आए ना जाई थिर सदा गुर शब्दी सच जान रहाओ। जे को होवै दुबला नंग भुख की पीर, दमड़ा पल्लै ना पवै ना को देवै तीर, स्वार्थ स्वाओ ना को करै ने किछ होवै काज, चित आवै उस पार ब्रह्म ता निचल होवै राज। जांकौ चिंता बहुत बहुत देही व्यापै रोग, ग्रस्त कुटंब पलेटिया कदे हरख कदे सोग, गौण करे चहु कुंट का कड़ी न बैसन सोए, चित आवै उस पार ब्रह्म तन मन शीतल होए। सदीवी दौलत आसा महला पंजवां। ऐसा हर तन संचिए पाई, पाहे न जालै जल नहीं डूबै, संग छोड़ कर कतौ न जाई। तोट न आवै निखुट न जाए, खाए खर्च मन रहा अगाए। आम तौर ते ए ख्याल साडे दिल विच घर घर गया कि श्री गुरु ग्रंथ साहिब जी का पाठ करना सानू एक धार्मिक हुक्म है, इसलिए पाठ करना जरूरी है। असी सोचते हाँ भी पाठ करन तो अगे होर कुछ करन दी लोड़ नहीं, पाठ हो गया तो सिख नू तसली हो गई भई वाहिगुरु नू खुश कर लिया ते सिख धर्म दे हुक्मां मुताबक पूरा नितनेम हो गया। पर जदों कोई दुनियावी तकलीफ आके मूँह विखाउंदी है ना, ते उत्थे गुरु ग्रंथ साहिब जी दी बाणी दा पाठ करन नाल तकलीफ नहीं हटदी तां श्री गुरु ग्रंथ साहिब उपर निश्चा घट जांदा है ते पाठ करना सिर्फ एक धार्मिक हुक्म पूरा करन वाली गल रह जांदी, इस तों उत्ते कुछ नहीं रहिंदा। इस वास्ते लोड़ इस गल दी है कि श्री गुरु ग्रंथ साहिब जी विच लिखे हुए इस इकरार नू किस तरह पूरा करिए। आओ इस शब्द नू ध्यान नाल समझण दी कोशिश करदे हां ते वेखदे हां कि की नतीजा निकलदा है। दुनिया दे काम कार ते जरूरतां पूरियां करन वास्ते पैसा एक बड़ी जरूरी चीज है। सारे लोग इस नू हासिल करन वास्ते दिन रात लगे हुए ने। ये एक तां बहुत मुश्किल नाल हासिल हुंदा है ते जे मिल जाए तो फिर पैसा बड़ी जल्दी खर्च हो जाता है, जिस करके इसकी मंग कदे भी खत्म नहीं हुंदी। जिन्हां कोल ये पैसा इकट्ठा भी हो जाता है
ਫਿਰ ਉਹਨਾਂ ਨੂੰ ਇਸ ਦੇ ਗਵਾਚ ਜਾਣ ਦਾ ਹਰ ਵੇਲੇ ਧੁੜਕੂ ਲੱਗਾ ਰਹਿੰਦਾ। ਵਪਾਰ ਵਿੱਚ ਲੱਖਾਂ ਦਾ ਘਾਟਾ ਹੋ ਜਾਣਾ, ਬੈਂਕਾਂ ਦਾ ਫੇਲ ਹੋ ਜਾਣਾ, ਅੱਗ ਨਾਲ ਜਾਇਦਾਦ ਬਰਬਾਦ ਹੋ ਜਾਣੀ, ਚੋਰੀ ਹੋ ਜਾਣੀ, ਇਹ ਸਾਰੇ ਹਾਦਸੇ ਪੈਸੇ ਨੂੰ ਬਰਬਾਦ ਕਰ ਦਿੰਦੇ ਨੇ ਤੇ ਮਨੁੱਖ ਨੂੰ ਸਾਰੀ ਉਮਰ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ। ਸ਼ੁਰੂ ਵਿੱਚ ਵਿਚਾਰਿਆ ਹੋਇਆ ਸ਼ਬਦ ਸਦੀਵੀ ਰਹਿਣ ਵਾਲੀ ਦੌਲਤ ਕਾਇਮ ਰੱਖਣ ਦਾ ਇੱਕ ਪੱਕਾ ਅਸੂਲ ਪੇਸ਼ ਕਰਦਾ ਹੈ। ਇਹ ਅਸੂਲ ਆਤਮਿਕ ਹੈ ਅਤੇ ਬੇਅੰਤ ਅਤੇ ਹਮੇਸ਼ਾ ਕਾਇਮ ਰਹਿਣ ਵਾਲੀ ਦੌਲਤ ਹਾਸਲ ਕਰਨ ਦਾ ਇਸ ਸ਼ਬਦ ਵਿੱਚ ਇਕਰਾਰ ਕੀਤਾ ਗਿਆ ਤੇ ਇਕਰਾਰ ਵੀ ਉਸ ਨੇ ਕੀਤਾ, ਭਾਵ ਗੁਰੂ ਅਰਜਨ ਦੇਵ ਜੀ ਨੇ, ਜਿਨ੍ਹਾਂ ਦੀ ਕਹੀ ਹੋਈ ਗੱਲ ਤੇ ਸ਼ੱਕ ਹੋ ਹੀ ਨਹੀਂ ਸਕਦਾ। ਸ਼ਬਦ ਪੜਨ ਨਾਲ ਇੰਨੀ ਤਸੱਲੀ ਹੁੰਦੀ ਹੈ ਜਿਸ ਦੀ ਕੋਈ ਹੱਦ ਨਹੀਂ ਰਹਿੰਦੀ। ਦੁਨਿਆਵੀ ਦੌਲਤ ਹਮੇਸ਼ਾ ਆਉਣ ਜਾਣ ਵਾਲੀ ਹੈ, ਪਰ ਇਹ ਆਤਮਿਕ ਦੌਲਤ ਹਰ ਧਨ ਕਦੇ ਨਹੀਂ ਮੁੱਕਦਾ। ਬੇਸ਼ੱਕ ਜ਼ਰੂਰਤਾਂ ਤੇ ਖਰਚ ਕਰੋ, ਇਸ ਦਾ ਸਾਥ ਛੱਡ ਕੇ ਜਾਣ ਦਾ ਖਤਰਾ ਨਹੀਂ ਹੁੰਦਾ। ਅਸੀਂ ਹਰੀ ਧਨ ਹਾਸਲ ਹੋਣ ਨਾਲ ਹਮੇਸ਼ਾ ਦੀ ਭੱਜ ਦੌੜ ਤੋਂ ਵੀ ਬਚ ਜਾਂਦੇ। ਹੁਣ ਸੋਚ ਵਾਲੀ ਗੱਲ ਇਹ ਕਿ ਹਰੀ ਦਾ ਧਨ ਕਿਸ ਤਰ੍ਹਾਂ ਮਿਲੇ। ਜੇ ਇਸ ਧਨ ਨੂੰ ਇਕੱਠਾ ਕਰ ਲਈਏ ਤਾਂ ਦੁਨੀਆ ਵਿੱਚ ਇਹਦੇ ਨਾਲ ਜ਼ਰੂਰਤ ਦੀਆਂ ਚੀਜ਼ਾਂ ਕਿਵੇਂ ਖਰੀਦੀਏ। ਪਹਿਲੀ ਗੱਲ ਤਾਂ ਇਹ ਕਿ ਜਿਸ ਤਰ੍ਹਾਂ ਕਾਗਜ਼ ਦੇ ਨੋਟਾਂ ਵਿੱਚ ਇਹ ਗੁਣ ਹੈ, ਇਹ ਸ਼ਕਤੀ ਹੈ ਕਿ ਹਰ ਚੀਜ਼ ਵਿੱਚ ਆਪਣੀ ਸ਼ਕਲ ਬਦਲ ਸਕਦੇ ਨੇ, ਹਰ ਚੀਜ਼ ਨੋਟਾਂ ਨਾਲ ਖਰੀਦੀ ਜਾ ਸਕਦੀ ਹੈ, ਇਸੇ ਤਰ੍ਹਾਂ ਨਾਮ ਵਿੱਚ ਇਹ ਸ਼ਕਤੀ ਹੈ ਕਿ ਉਹ ਹਰ ਚੀਜ਼ ਦਾ ਰੂਪ ਬਣਾ ਸਕਦਾ ਹੈ। ਹਰੀ ਦੇ ਨਾਮ ਨਾਲ ਅਕਲ, ਸਿਆਣਪ ਦਾ ਵਧਣਾ, ਮੁਸ਼ਕਲਾਂ ਆਸਾਨ ਹੋ ਜਾਣੀਆਂ, ਕੰਮਕਾਰ ਵਿੱਚ ਬਰਕਤ ਤੇ ਵਾਧਾ, ਆਮਦਨ ਵਧਣ ਦੇ ਨਵੇਂ ਨਵੇਂ ਤਰੀਕੇ ਪੈਦਾ ਹੋਣੇ, ਬੇਈਮਾਨੀ ਤੇ ਧੋਖੇ ਦਾ ਨਾਸ, ਮਨ ਨੂੰ ਸ਼ਾਂਤੀ ਤੇ ਮਨ ਵਿੱਚੋਂ ਚੰਗੇ ਖਿਆਲ ਪੈਦਾ ਹੋਣੇ, ਸਾਰੇ ਪਾਸੇ ਸੁੱਖ ਤੇ ਵਾਧਾ ਹੋਣਾ, ਸਿਹਤ ਚੰਗੀ ਰਹਿਣਾ, ਇਹ ਸਾਰੇ ਗੁਣ ਨਾਮ ਵਿੱਚ ਨੇ ਤੇ ਮਨੁੱਖ ਨੂੰ ਹਰ ਕੰਮ ਵਿੱਚ ਮਦਦ ਦੇ ਕੇ ਹੋਰ ਅਮਿਣਵੀ ਦੌਲਤ ਹਾਸਲ ਕਰਨ ਦਾ ਰਸਤਾ ਦੱਸਦੇ ਨੇ। ਵਾਹਿਗੁਰੂ ਬੇਅੰਤ ਹੈ, ਉਸਦਾ ਨਾਮ ਵੀ ਬੇਅੰਤ ਹੈ ਤੇ ਨਾਮ ਜਿਸ ਚੀਜ਼ ਵਿੱਚ ਤਬਦੀਲ ਹੋਵੇ ਉਹ ਵੀ ਬੇਅੰਤ ਹੋਵੇਗੀ। ਹਰੀ ਧਨ ਇਕੱਠਾ ਕਰਨ ਦਾ ਤਰੀਕਾ ਹਾਸਲ ਕਰਨ ਦੀ ਭਾਵੇਂ ਲੋੜ ਹੈ ਅਤੇ ਇਹਦੇ ਉੱਤੇ ਮਿਹਨਤ ਵੀ ਕਰਨੀ ਪੈਂਦੀ ਹੈ। ਹਾਂ, ਇਹ ਗੱਲ ਵੀ ਠੀਕ ਹੈ ਕਿ ਪਹਿਲਾਂ ਕੁਝ ਦੇਰ ਤਾਂ ਇਹ ਕੰਮ ਰੁੱਖਾ ਜਿਹਾ ਲੱਗਦਾ, ਪਰ ਫਿਰ ਇਹ ਇੰਨਾ ਆਨੰਦ ਦਿੰਦਾ ਕਿ ਇਸ ਨੂੰ ਹਾਸਲ ਕਰਨ ਦਾ ਸ਼ੌਕ ਪੈਦਾ ਹੋ ਜਾਂਦਾ। ਜਿੰਨਾ ਜਿੰਨਾ ਕੰਮਾਂ ਵਿੱਚ ਸ਼ੌਕ ਹੁੰਦਾ ਜਾਵੇ, ਸਮਝੋ ਓਨਾ ਹੀ ਨਾਮ ਹਾਸਲ ਹੋ ਗਿਆ। ਨਤੀਜੇ ਅਤੇ ਤਰੱਕੀ ਤੋਂ ਹੀ ਪਤਾ ਲੱਗਦਾ ਬਈ ਅਸੀਂ ਨਾਮ ਮਾਰਗ ਵਿੱਚ ਕਿੰਨਾ ਕੁ ਉੱਤੇ ਚੜ ਗਏ। ਨਾਮ ਹਾਸਲ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਧਿਆਨ ਨਾਲ ਕਰਨਾ, ਪੂਰਾ ਮਤਲਬ ਸਮਝਣਾ, ਵਾਹਿਗੁਰੂ ਦੀ ਪਛਾਣ ਹਾਸਲ ਕਰਕੇ ਉਹਨੂੰ ਹਰ ਵੇਲੇ ਆਪਣੇ ਕੋਲ ਮੌਜੂਦ ਵੇਖਣਾ, ਸਰਵ ਸ਼ਕਤੀਮਾਨ ਅਤੇ ਮਾਤਾ ਪਿਤਾ ਦਾ ਪ੍ਰੇਮ ਉਹਦੇ ਵਿੱਚ ਵੇਖਣਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੱਸੇ ਹੋਏ ਗੁਣ ਨਾਮ ਵਿੱਚ ਵੇਖਣੇ ਤੇ ਸਮਝਣੇ ਜ਼ਰੂਰੀ ਨੇ। ਵਾਹਿਗੁਰੂ ਦੇ ਦਾਤਾ ਹੋਣ ਵਾਲੀ ਸਿਫਤ ਜਦੋਂ ਪੂਰੀ ਤਰ੍ਹਾਂ ਮਨ ਵਿੱਚ ਬੈਠ ਜਾਏ, ਫਿਰ ਨਾਮ ਦੀ ਸਮਝ ਆਈ ਜਾਣਨੀ ਚਾਹੀਦੀ ਹੈ। ਜਿਵੇਂ ਸੂਰਜ ਆਪਣੀਆਂ ਕਿਰਨਾਂ ਨੂੰ ਆਪੇ ਹੀ ਪਾਲਦਾ, ਇਸੇ ਤਰ੍ਹਾਂ ਵਾਹਿਗੁਰੂ ਮਨੁੱਖ ਨੂੰ, ਜਿਹੜਾ ਕਿ ਉਸਦੀ ਜੋਤ ਹੈ, ਬਿਨਾਂ ਮੰਗੇ ਅਤੇ ਬਿਨਾਂ ਕਹਿਣ ਤੋਂ ਪਾਲਣਾ ਕਰਦਾ। ਉਸ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਖੁੱਲੀਆਂ ਦਾਤਾਂ ਹਰ ਵੇਲੇ ਦਿੰਦਾ।
ਗੁਰੂ ਜੀ ਸਮਝਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਅਸੀਂ ਸਰੀਰ ਨਹੀਂ ਬਲਕਿ ਜੋਤ ਹਾਂ। ਜਿਸ ਨੂੰ ਨਾ ਬਿਮਾਰੀ ਆਉਣੀ ਹੈ, ਨਾ ਇਸ ਜੋਤ ਦੀ ਮੌਤ ਹੋਣੀ ਹੈ, ਤੇ ਨਾ ਹੀ ਇਸ ਨੂੰ ਕਿਸੇ ਚੀਜ਼ ਦੀ ਥੋੜ ਆਉਣੀ। ਵਾਹਿਗੁਰੂ ਆਪਣੇ ਪ੍ਰਕਾਸ਼ ਵਾਸਤੇ ਆਪਣੀ ਜੋਤ ਨੂੰ ਪਾਲਦਾ ਅਤੇ ਉਹ ਆਪਣੀ ਜੋਤ ਦੀਆਂ ਸਭ ਜ਼ਰੂਰਤ ਦੀਆਂ ਚੀਜ਼ਾਂ ਆਪ ਹੀ ਬੇਅੰਤ ਦੇ ਰਿਹਾ, ਸਭ ਮਨੁੱਖਾਂ ਨੂੰ ਇੱਕੋ ਜਿਹਾ ਦੇ ਰਿਹਾ। ਸਾਡਾ ਆਪਣਾ ਕਸੂਰ ਹੈ ਕਿ ਅਸੀਂ ਉਸ ਦੀਆਂ ਬੇਅੰਤ ਦਾਤਾਂ ਨੂੰ ਪੂਰੀ ਤਰ੍ਹਾਂ ਨਹੀਂ ਲੈ ਪਾਉਂਦੇ। ਵਾਹਿਗੁਰੂ ਦੀ ਹਰ ਦਾਤ ਬੇਅੰਤ, ਮੁਫਤ ਤੇ ਸਭਨਾ ਮਨੁੱਖਾਂ ਲਈ ਇੱਕੋ ਜੈਸੀ ਹੈ। ਜਿਵੇਂ ਮੀਂਹ ਵਸਣ ਲੱਗਿਆਂ ਚੰਗੇ ਮੰਦੇ ਮਨੁੱਖ ਜ਼ਮੀਨ ਸਭ ਥਾਵਾਂ ਤੇ ਇੱਕੋ ਜਿਹਾ ਵਰਦਾ ਹੈ। ਹਾਂ, ਇਸ ਤੋਂ ਅੱਗੇ ਉੱਚੀ ਜ਼ਮੀਨ ਪਾਣੀ ਨੂੰ ਹੇਠਾਂ ਵਗਾ ਦਿੰਦੀ ਹੈ ਤੇ ਨੀਵੀਂ ਜ਼ਮੀਨ ਸਾਰਾ ਪਾਣੀ ਇਕੱਠਾ ਕਰਕੇ ਭਰ ਜਾਂਦੀ ਹੈ। ਕਲਰੀ ਜ਼ਮੀਨ, ਰੇਤਲੀ ਜ਼ਮੀਨ ਵੀ ਪਾਣੀ ਪੀਂਦੀ ਹੈ ਪਰ ਫਾਇਦਾ ਨਹੀਂ ਹਾਸਲ ਹੁੰਦਾ ਤੇ ਨਾ ਹੀ ਫਲਦਾਇਕ ਹੁੰਦੀ ਹੈ। ਇਸੇ ਤਰ੍ਹਾਂ ਪਹਾੜੀ ਚੱਟਾਨਾਂ ਤੇ ਰੇਤਲੀਆਂ ਜ਼ਮੀਨਾਂ ਵੀ ਘਾਟੇ ਵਿੱਚ ਰਹਿੰਦੀਆਂ ਨੇ। ਮਨੁੱਖ ਨੂੰ ਇਹੋ ਜਿਹੀਆਂ ਮਿਸਾਲਾਂ ਵੇਖ ਕੇ ਅਕਲ ਲੈਣੀ ਚਾਹੀਦੀ ਹੈ ਕਿ ਮੈਂ ਵੀ ਆਪਣੇ ਵਿੱਚ ਉਹ ਗੁਣ ਪੈਦਾ ਕਰਾਂ ਜਿਸ ਨਾਲ ਵਾਹਿਗੁਰੂ ਦੀਆਂ ਦਾਤਾਂ ਮੈਨੂੰ ਵੀ ਬੇਅੰਤ ਮਿਲ ਸਕਣ ਅਤੇ ਮੈਂ ਵੀ ਸੁਖ ਮਾਣ ਸਕਾਂ। ਵਾਹਿਗੁਰੂ ਬੇਅੰਤ ਹੈ ਤੇ ਉਸ ਦੀਆਂ ਦਾਤਾਂ ਵੀ ਬੇਅੰਤ ਨੇ। ਸਾਨੂੰ ਕਲਰੀ ਜ਼ਮੀਨ ਵਾਂਗ ਪਾਪਾਂ ਦਾ ਗੰਧ ਆਪਣੇ ਵਿੱਚ ਇਕੱਠਾ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਪਹਾੜੀ ਚਟਾਨਾਂ ਵਾਂਗ ਖੁਸ਼ਕ ਜਾਂ ਕਿਸੇ ਨਾਲ ਨਾ ਭਿੱਜਣ ਵਾਲੇ ਬਣਨਾ ਚਾਹੀਦਾ, ਨਾ ਹੀ ਉੱਚੀ ਜ਼ਮੀਨ ਵਾਂਗ ਹੰਕਾਰ ਵਿੱਚ ਬਹਿ ਕੇ ਬਰਕਤਾਂ ਲੈਣ ਤੋਂ ਵਾਂਝੇ ਰਹਿਣਾ ਚਾਹੀਦਾ। ਅਸੀਂ ਇਹ ਬਹੁਤ ਵੱਡੀ ਭੁੱਲ ਕਰਦੇ ਹਾਂ ਕਿ ਅਸੀਂ ਚੀਜ਼ਾਂ ਨਾਲ ਤੇ ਪਿਆਰ ਕਰਦੇ ਹਾਂ ਪਰ ਉਹ ਚੀਜ਼ਾਂ ਦੇਣ ਵਾਲੇ ਵਾਹਿਗੁਰੂ ਨਾਲ ਪਿਆਰ ਨਹੀਂ ਕਰਦੇ। ਦੁਨਿਆਵੀ ਚੀਜ਼ਾਂ ਤੇ ਵਰਤ ਕੇ ਖਤਮ ਹੋ ਜਾਂਦੀਆਂ ਨੇ ਤੇ ਫਿਰ ਹੋਰ ਚੀਜ਼ਾਂ ਦੀ ਲੋੜ ਪੈਂਦੀ ਹੈ। ਜੇ ਦਾਤੇ ਨਾਲ ਪਿਆਰ ਕਰੀਏ ਅਤੇ ਉਸਨੂੰ ਹਰ ਵੇਲੇ ਆਪਣੇ ਖਿਆਲ ਵਿੱਚ ਰੱਖੀਏ ਅਤੇ ਉਸਨੂੰ ਪਿਆਰ ਨਾਲ ਯਾਦ ਕਰੀਏ ਤਾਂ ਦੁਨਿਆਵੀ ਦਾਤਾਂ ਖਤਮ ਨਾ ਹੋਣ ਵਾਲਾ ਜ਼ਰੀਆ ਸਾਡੇ ਕੋਲ ਹਰ ਵੇਲੇ ਰਹਿੰਦਾ ਤੇ ਇਹਨਾਂ ਦਾਤਾਂ ਦੀ ਕਮੀ ਆ ਨਹੀਂ ਸਕਦੀ। ਆਓ ਫਿਰ ਹੁਣ ਆਪਾਂ ਅੰਤ ਵਿੱਚ ਅਰਦਾਸ ਕਰਦੇ ਹਾਂ। ਜਿਸ ਨੂੰ ਰੋਜ਼ ਸਮਝ ਕੇ ਤੇ ਧਿਆਨ ਲਾ ਕੇ ਬਾਰ ਬਾਰ ਕਰਨ ਨਾਲ ਮਨ ਦੀ ਅਵਸਥਾ ਬਦਲਦੀ ਹੈ ਤੇ ਵਾਹਿਗੁਰੂ ਨੂੰ ਦਾਤਾ ਵੇਖਣ ਦੀ ਸਮਝ ਆ ਜਾਂਦੀ ਹੈ। ਸਮਝ ਆਉਣ ਨਾਲ ਦਾਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ ਪਾਠ ਕਰਨਾ ਨਿਹਾਇਤ ਜ਼ਰੂਰੀ ਹੈ, ਖਾਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦਾ ਪਾਠ। ਅਰਦਾਸ ਇਹ ਹੈ, ਹੇ ਵਾਹਿਗੁਰੂ, ਮੈਂ ਭੁੱਲਾ ਹੋਇਆ, ਮੈਨੂੰ ਰਸਤੇ ਤੇ ਪਾਓ, ਕਿਰਪਾ ਕਰੋ ਤਾਂ ਕਿ ਮੈਂ ਤੇਰੇ ਅਸਲੀ ਰੂਪ ਨੂੰ ਵੇਖਾਂ ਤੇ ਆਪਣੇ ਆਪ ਨੂੰ ਵੀ ਪਛਾਣ ਲਵਾਂ। ਹੇ ਵਾਹਿਗੁਰੂ, ਤੂੰ ਸਰਵ ਵਿਆਪਕ ਹੈ, ਹਰ ਵੇਲੇ ਹਰ ਥਾਂ ਤੇ ਮੌਜੂਦ ਹੈ, ਤੂੰ ਸਿਰਫ ਨੂਰ ਹੀ ਨੂਰ ਹੈ, ਤੇਰੇ ਵਿੱਚ ਹਨੇਰਾ ਬਿਲਕੁਲ ਨਹੀਂ ਤੇ ਮੈਂ ਉਸ ਨੂਰ ਵਿੱਚ ਤੇਰੀ ਇੱਕ ਕਿਰਨ ਬਣ ਕੇ ਚਮਕ ਰਿਹਾ, ਤੂੰ ਮੇਰੇ ਕੋਲੋਂ ਕਦੇ ਵੀ ਦੂਰ ਨਹੀਂ ਹੁੰਦਾ, ਤੂੰ ਆਪਣੀਆਂ ਕਿਰਨਾਂ ਨੂੰ ਆਪੇ ਪਾਲਦਾ, ਸਭ ਜ਼ਰੂਰਤ ਦੀਆਂ ਚੀਜ਼ਾਂ ਬਿਨਾਂ ਮੰਗਣ ਤੋਂ ਦੇ ਰਿਹਾ, ਮੈਂ ਜੋਤ ਹੋਣ ਕਰਕੇ ਹਰ ਵੇਲੇ ਪੂਰਨ ਹਾਂ ਅਤੇ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ, ਨਾ ਹੀ ਕਦੇ ਆਉਂਦੀ ਹੈ। ਤੂੰ ਬੇਅੰਤ ਹੈ, ਸਦਾ ਕਾਇਮ ਹੈ
ਅਤੇ ਤੇਰੀਆਂ ਦਾਤਾਂ ਵੀ ਬੇਅੰਤ ਅਤੇ ਸਦੀਵੀ ਨੇ। ਹੇ ਮੇਰੇ ਦਾਤਾ, ਮੇਰੀ ਇਹ ਭੁੱਲ ਠੀਕ ਕਰ ਦੇ ਕਿ ਮੈਂ ਤੈਨੂੰ ਦੂਰ ਤੇ ਗੈਰ ਹਾਜ਼ਰ ਸਮਝ ਰਿਹਾ ਅਤੇ ਇਹ ਗਲਤੀ ਕਰਦਾ ਕਿ ਤੇਰੇ ਕੋਲੋਂ ਮੰਗਾਂਗਾ ਤਾਂ ਹੀ ਤੂੰ ਮੈਨੂੰ ਦੇਵੇਂਗਾ। ਨਹੀਂ, ਤੂੰ ਤੇ ਮੇਰਾ ਮਾਂ ਪਿਤਾ ਹੈ ਅਤੇ ਅਸੀਂ ਤੇਰੇ ਬੱਚੇ ਤੇਰੀਆਂ ਕਿਰਨਾਂ ਵਾਂਗ ਸਦਾ ਤੇਰੇ ਨਾਲ ਵਸਦੇ ਹਾਂ। ਤੂੰ ਆਪਣੇ ਪ੍ਰੇਮ ਰਾਹੀਂ ਹੀ ਸਾਰਿਆਂ ਦੀ ਪਾਲਣਾ ਕਰ ਰਿਹਾ। ਤੂੰ ਮੇਰੇ ਵਿੱਚ ਮੌਜੂਦ ਹੈ ਤੇ ਮੈਂ ਤੇਰੀ ਦਿੱਤੀ ਅਕਲ ਨਾਲ ਤੇਰੇ ਦੱਸੇ ਹੋਏ ਕੰਮ ਕਰ ਰਿਹਾ। ਮੇਰੀ ਸ਼ਕਤੀ ਵੀ ਤੂੰ ਹੈ ਤੇ ਮੇਰਾ ਰਸਤਾ ਵੀ ਤੂੰ। ਮੈਨੂੰ ਕਦੇ ਨਾਕਾਮਯਾਬੀ ਆ ਹੀ ਨਹੀਂ ਸਕਦੀ, ਤਰੱਕੀ ਹੀ ਤਰੱਕੀ ਅਤੇ ਵਾਧਾ ਹੀ ਵਾਧਾ, ਕੋਈ ਥੋੜ ਕਦੇ ਨਹੀਂ ਆ ਸਕਦੀ। ਤੇਰੀ ਮੌਜੂਦਗੀ ਹੋਣ ਨਾਲ ਭਾਵ ਤੂੰ ਹਰ ਵੇਲੇ ਮੇਰੇ ਨਾਲ ਹੈ, ਇਸ ਲਈ ਮੈਨੂੰ ਬੇਅੰਤ ਦਾਤਾਂ ਹਰ ਵੇਲੇ ਮਿਲਦੀਆਂ ਰਹਿਣਗੀਆਂ ਤੇ ਕਦੇ ਘਾਟਾ ਨਹੀਂ ਪਵੇਗਾ, ਕਿਉਂਕਿ ਵਾਹਿਗੁਰੂ ਤੂੰ ਆਪ ਸਭ ਵਸਤੂਆਂ ਦਾ ਸਭ ਚੀਜ਼ਾਂ ਦਾ ਮਾਲਕ ਹੈ, ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇਹੇ ਸੋ ਪਾਵੇ। ਅਰਦਾਸ। ਸਾਡੀਆਂ ਅਰਦਾਸਾਂ ਵਾਹਿਗੁਰੂ ਕਿਉਂ ਨਹੀਂ ਪੂਰੀਆਂ ਕਰਦਾ? ਸਾਡੀਆਂ ਬਹੁਤੀਆਂ ਅਰਦਾਸਾਂ ਵਿਅਰਥ ਕਿਉਂ ਚਲੀਆਂ ਜਾਂਦੀਆਂ ਨੇ? ਇਸ ਦਾ ਵੱਡਾ ਕਾਰਨ ਇਹ ਆ ਕਿ ਅਸੀਂ ਅਰਦਾਸ ਇੱਕ ਇਹੋ ਜਿਹਾ ਵਾਹਿਗੁਰੂ ਕੋਲ ਕਰਨੇ ਹਾਂ ਜਿਸ ਦੀ ਸਾਨੂੰ ਵਾਕਫੀਅਤ ਹੀ ਨਹੀਂ ਹੈਗੀ। ਅਸੀਂ ਉਸ ਦੇ ਬਾਰੇ 'ਚ ਕੁਝ ਨਹੀਂ ਜਾਣਦੇ। ਹਾਂ, ਇੱਕ ਸੁਣਿਆ ਸੁਣਾਇਆ ਵਾਹਿਗੁਰੂ ਦਾ ਸਰੂਪ ਬਣਾਇਆ ਹੋਇਆ ਤੇ ਆਪਣੇ ਤਜਰਬੇ ਅਨੁਸਾਰ ਉਸ ਦਾ ਸਰੂਪ ਅਸੀਂ ਬਦਲਦੇ ਰਹਿੰਦੇ ਹਾਂ। ਅਸੀਂ ਸੋਚਦੇ ਹਾਂ ਕਿ ਉਹ ਬੇਵਕਤ ਮੌਤਾਂ ਲਿਆ ਕੇ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੰਦਾ, ਬਿਮਾਰੀ ਵੀ ਉਹ ਹੀ ਲੈ ਕੇ ਆਉਂਦਾ, ਅਮੀਰੀ ਵੀ ਉਹੀ ਦਿੰਦਾ ਤੇ ਗਰੀਬੀ ਵਿੱਚ ਵੀ, ਗਰੀਬੀ ਦੇ ਚੁੰਗਲ ਵਿੱਚ ਵੀ ਉਹ ਹੀ ਫਸਾਈ ਰੱਖਦਾ ਤੇ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਜ਼ੁਲਮਾਂ ਤੇ ਤਕਲੀਫਾਂ ਦਾ ਕਾਰਨ ਵੀ ਅਸੀਂ ਵਾਹਿਗੁਰੂ ਨੂੰ ਹੀ ਸਮਝਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੜ੍ਹਨ ਨਾਲ ਪਤਾ ਲੱਗਦਾ ਕਿ ਵਾਹਿਗੁਰੂ ਦਾ ਇਹ ਵਾਲਾ ਸਰੂਪ ਜਿਹੜਾ ਸਾਡੇ ਮਨ ਵਿੱਚ ਟਿਕਿਆ ਹੋਇਆ ਇਹ ਤੇ ਬਿਲਕੁਲ ਗਲਤ ਹੈ। ਹਾਂ, ਵਾਹਿਗੁਰੂ ਦਾ ਠੀਕ ਸਰੂਪ ਹੈ ਕਿ ਵਾਹਿਗੁਰੂ ਤੇ ਪ੍ਰੇਮ ਹੀ ਪ੍ਰੇਮ ਹੈ, ਬਖਸ਼ਣਹਾਰ ਹੈ, ਦਾਤਾਰ ਹੈ, ਕਿਰਪਾਲੂ ਹੈ, ਦਿਆਲੂ ਹੈ, ਕਿਉਂਕਿ ਉਹ ਤੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਉ, ਉਹ ਤੇ ਇਹੋ ਜਿਹਾ। ਤੇ ਜੇ ਉਸ ਨੂੰ ਅਸੀਂ ਰਾਖਾ ਸਮਝ ਲਈਏ ਤਾਂ ਗੁਰੂ ਜੀ ਆਖਦੇ ਨੇ ਫਿਰ ਸਾਨੂੰ ਡਰ ਜਾਂ ਚਿੰਤਾ ਨਹੀਂ ਰਹੇਗੀ, ਕਿਉਂਕਿ ਅਸੀਂ ਆਪਣੇ ਧਿਆਨ ਵਿੱਚ ਵਾਹਿਗੁਰੂ ਦਾ ਗਲਤ ਸਰੂਪ ਪੈਦਾ ਕਰਕੇ ਉਸ ਕੋਲ ਅਰਦਾਸ ਕਰਨੇ ਆ ਤਾਂ ਫਿਰ ਉਹ ਵਾਹਿਗੁਰੂ ਤੱਕ ਪਹੁੰਚਣ ਕਿਵੇਂ? ਅਸੀਂ ਆਪਣੇ ਮਨ ਦੀ ਤਾਰ ਰਾਹੀਂ ਵਾਹਿਗੁਰੂ ਨੂੰ ਕੁਝ ਕਹਿੰਦੇ ਹਾਂ, ਪਰ ਇਹ ਤੇ ਉਹ ਵਾਲੀ ਗੱਲ ਹੋਈ ਕਿ ਉਸ ਤਾਰ ਉੱਤੇ ਪਤਾ ਹੀ ਗਲਤ ਲਿਖ ਦਿੰਦੇ ਹਾਂ, ਫਿਰ ਉਸ ਤਾਰ ਦੇ ਟਿਕਾਣੇ ਸਿਰ ਪਹੁੰਚਣ ਦੀ ਆਸ ਕਿਵੇਂ ਕਰ ਸਕਦੇ ਹਾਂ? ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਿਆਨ ਨਾਲ ਪੜ੍ਹ ਕੇ ਸਮਝੀਏ ਤੇ ਜਿਨ੍ਹਾਂ ਗੁਰਮੁਖਾਂ, ਗੁਰਸਿੱਖਾਂ, ਸੰਤਾਂ ਨੇ ਵਾਹਿਗੁਰੂ ਦੇ ਦਰਸ਼ਨ ਕਰਕੇ ਉਸ ਦਾ ਸਰੂਪ, ਸੁਭਾਅ ਅਤੇ ਗੁਣ ਜਿਵੇਂ ਦੱਸੇ ਨੇ, ਅਸੀਂ ਉਸ ਦੇ ਮੁਤਾਬਕ ਵਾਹਿਗੁਰੂ ਦਾ ਸਰੂਪ ਆਪਣੇ ਧਿਆਨ ਵਿੱਚ ਬਿਠਾਈਏ। ਜਿਉਂ ਜਿਉਂ ਇਹ ਗੱਲ ਸਮਝ ਵਿੱਚ ਆਵੇਗੀ ਉਵੇਂ ਉਵੇਂ ਵਾਹਿਗੁਰੂ ਬਹੁਤ ਪਿਆਰਾ ਲੱਗਣ ਲੱਗ ਪਵੇਗਾ ਅਤੇ ਉਸ ਦੇ ਅੱਗੇ ਅਰਦਾਸ ਕਰਨ ਲੱਗਿਆਂ ਇਹ ਦਿਸੇਗਾ ਕਿ ਅਰਦਾਸ ਜ਼ਰੂਰ ਪ੍ਰਵਾਨ ਹੋਵੇਗੀ ਅਤੇ ਸੱਚਮੁੱਚ ਇਸੇ ਤਰ੍ਹਾਂ ਹੀ ਹੋਵੇਗਾ।
ਅਰਦਾਸ ਪੂਰੀ ਹੋਣ ਤੋਂ ਬਿਨਾਂ ਰਹਿ ਹੀ ਨਹੀਂ ਸਕਦੀ। ਪਰ ਵਾਹਿਗੁਰੂ ਨਾਲ ਅਸੀਂ ਆਪਣਾ ਰਿਸ਼ਤਾ ਤੇ ਸਮਝ ਲਈਏ। ਗੁਰੂ ਜੀ ਆਖਦੇ ਨੇ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜ਼ੋਰ ਗੋਵਿੰਦ ਕਾ ਪੂਰਨ ਗੁਣਤਾਸ। ਅਰਦਾਸ ਵਿੱਚ ਵਾਹਿਗੁਰੂ ਨੂੰ ਸਰਵ ਸ਼ਕਤੀਮਾਨ ਪੂਰੇ ਵਿਸ਼ਵਾਸ ਨਾਲ ਸਮਝਣਾ ਅਤੇ ਜਾਣਨਾ ਜ਼ਰੂਰੀ ਹੈ। ਅਰਦਾਸ ਭਾਵੇਂ ਬੋਲ ਕੇ ਕਰੀਏ ਜਾਂ ਮਨ ਵਿੱਚ ਕਰੀਏ, ਉਹ ਸਭ ਜਾਣਦਾ ਹੈ। ਕਿਸੇ ਇੱਛਾ ਦੇ ਮਨ ਵਿੱਚ ਆਉਂਦਿਆਂ ਹੀ ਵਾਹਿਗੁਰੂ ਨੂੰ ਖਬਰ ਹੋ ਜਾਂਦੀ ਹੈ। ਆਪਣੀਆਂ ਇੱਛਾਵਾਂ ਵਾਹਿਗੁਰੂ ਨੂੰ ਸੌਂਪ ਕੇ ਤੇ ਉਸ ਦੀ ਮਰਜ਼ੀ ਉੱਤੇ ਛੱਡ ਦੇਣ ਨਾਲ ਕੋਈ ਘਾਟਾ ਹੋਣ ਦੀ ਉਮੀਦ ਨਹੀਂ ਹੁੰਦੀ। ਭਾਵ ਡਰੋ ਨਾ, ਵਾਹਿਗੁਰੂ ਮਾਤਾ ਪਿਤਾ, ਤੇ ਜਿਵੇਂ ਮਾਂ ਪਿਤਾ ਆਪਣੇ ਬੱਚੇ ਦੀਆਂ ਲੋੜਾਂ ਠੀਕ ਢੰਗ ਨਾਲ ਪੂਰੀਆਂ ਕਰਦੇ ਨੇ, ਇਸੇ ਤਰ੍ਹਾਂ ਵਾਹਿਗੁਰੂ ਵੀ ਆਪਣੇ ਮਨੁੱਖ ਬੱਚਿਆਂ ਨੂੰ ਨਿਰਾਸ਼ ਨਹੀਂ ਹੋਣ ਦਿੰਦਾ। ਹਾਂ, ਵਾਹਿਗੁਰੂ ਕਿਰਪਾ ਕਰਕੇ ਸਾਡੀ ਕਿਸੇ ਵੀ ਅਰਦਾਸ ਦੇ ਉਸ ਦੇ ਦਰ ਤੇ ਪਹੁੰਚਦਿਆਂ ਹੀ ਉਸ ਦੇ ਵਿਚਲੇ ਖਰਾਬ ਹਿੱਸਿਆਂ ਨੂੰ, ਜਿਹੜੇ ਸਾਨੂੰ ਬਾਅਦ ਵਿੱਚ ਦੁਖੀ ਕਰ ਸਕਦੇ ਹੋਣ, ਉਹਨਾਂ ਨੂੰ ਕੱਢ ਕੇ ਫਿਰ ਮਨਜ਼ੂਰ ਕਰ ਦਿੰਦਾ। ਉਸਨੂੰ ਪਤਾ ਹੈ ਕਿ ਮੇਰੇ ਬੱਚੇ ਮਾਇਆ ਦੇ ਹਨੇਰੇ ਵਿੱਚ ਬੈਠੇ ਹੋਏ ਗਲਤੀਆਂ ਕਰਦੇ ਨੇ। ਜੇ ਇਹ ਗਲਤੀ ਨਾ ਕੱਢੀ ਗਈ ਤਾਂ ਇਹ ਅਰਦਾਸ ਪੂਰੀ ਹੋ ਕੇ ਸੁੱਖ ਦੀ ਥਾਂ ਤੇ ਉਹਨਾਂ ਲਈ ਦੁਖਦਾਈ ਹੋ ਜਾਏਗੀ। ਇਸ ਲਈ ਅਰਦਾਸ ਮਨਜ਼ੂਰ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਉਹਦੇ ਵਿੱਚ ਦਰੁਸਤੀ ਕਰ ਦਿੰਦੇ ਨੇ। ਜੇ ਅਰਦਾਸ ਦੀ ਬੁਨਿਆਦ ਸੱਚ ਤੇ ਹੋਵੇਗੀ ਤਾਂ ਵਾਹਿਗੁਰੂ ਦੇ ਦਰ ਤੋਂ ਕਦੇ ਖਾਲੀ ਨਹੀਂ ਮੁੜੇਗੀ। ਵਾਹਿਗੁਰੂ ਕੇਵਲ ਪ੍ਰੇਮ ਹੀ ਪ੍ਰੇਮ ਹੈ, ਮਾਂ ਪਿਤਾ ਵਾਲਾ ਪ੍ਰੇਮ ਹੈ। ਇਸ ਪ੍ਰੇਮ ਵਿੱਚ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ। ਭਾਵ ਵਾਹਿਗੁਰੂ ਦਾ ਪ੍ਰੇਮ ਕਦੇ ਬਦਲਣ ਵਾਲਾ ਨਹੀਂ। ਹਾਂ, ਉਸ ਦੇ ਪ੍ਰੇਮ ਤੇ ਸ਼ੱਕ ਰੱਖਣਾ ਇੱਕ ਮਹਾਂ ਗਲਤੀ ਹੈ, ਤੇ ਇਹ ਗਲਤੀ ਸਾਨੂੰ ਵਾਹਿਗੁਰੂ ਨਾਲੋਂ ਸਦਾ ਵਿਛੋੜੀ ਰੱਖਦੀ ਹੈ। ਮਾਇਆ ਦੀ ਇਹ ਆਵਾਜ਼ ਕਿ ਵਾਹਿਗੁਰੂ ਮੁਸੀਬਤਾਂ ਵਿੱਚ ਫਸਾਉਂਦਾ, ਇਹ ਬਿਲਕੁਲ ਝੂਠੀ ਹੈ। ਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਲਿਖਦੇ ਨੇ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਭਾਵ ਮੁਸੀਬਤਾਂ ਦੁੱਖਾਂ ਰੋਗਾਂ ਦਾ ਕਾਰਨ ਵਾਹਿਗੁਰੂ ਨੂੰ ਭੁੱਲਣਾ ਹੈ, ਮਾਇਆ ਵਿੱਚ ਦਾਖਲ ਹੋਣਾ ਹੈ, ਅਤੇ ਮਾਇਆ ਸਭ ਤਕਲੀਫਾਂ ਦਾ ਘਰ ਹੈ। ਵਾਹਿਗੁਰੂ ਦੇ ਪ੍ਰੇਮ ਵਿੱਚ ਰਹਿਣਾ ਤੇ ਆਨੰਦ ਹੀ ਆਨੰਦ ਹੈ, ਤੇ ਉਸਨੂੰ ਗੈਰ ਹਾਜ਼ਰ ਸਮਝ ਕੇ ਤਕਲੀਫਾਂ ਵਿੱਚ ਰਹਿਣ ਵਾਲੀ ਮੁਸੀਬਤ ਵੀ ਅਸੀਂ ਆਪ ਸਹੇੜਨੇ ਹਾਂ। ਕਦੇ ਵੀ ਇਹ ਖਿਆਲ ਨਹੀਂ ਲਿਆਉਣਾ ਚਾਹੀਦਾ ਕਿ ਵਾਹਿਗੁਰੂ, ਕਿਉਂਕਿ ਸਿਰਫ ਪ੍ਰੇਮ ਹੀ ਪ੍ਰੇਮ ਹੈ, ਇਸ ਕਰਕੇ ਸਾਡੇ ਪਾਪਾਂ ਦੀ ਸਜ਼ਾ ਨਹੀਂ ਦੇਵੇਗਾ ਅਤੇ ਅਸੀਂ ਜਾਣ ਬੁੱਝ ਕੇ ਪਾਪ ਕਰਕੇ ਬਖਸ਼ਵਾ ਲਵਾਂਗੇ। ਚੇਤੇ ਰੱਖੋ, ਵਾਹਿਗੁਰੂ ਦਾ ਅਸੂਲ ਕਦੇ ਨਹੀਂ ਬਦਲਦਾ, ਉਹ ਬਹੁਤ ਇਨਸਾਫ ਪਸੰਦ ਹੈ। ਹਾਂ, ਉਹ ਸਜ਼ਾ ਮੁਆਫ ਜ਼ਰੂਰ ਕਰ ਦਿੰਦਾ, ਪਰ ਉਸ ਨੂੰ ਜਿਹੜਾ ਸੱਚੇ ਦਿਲੋਂ ਪਸ਼ਚਾਤਾਪ ਕਰਕੇ ਆਪਣੇ ਮਨ ਵਿੱਚੋਂ ਪਾਪ ਨੂੰ ਕੱਢ ਦੇਵੇ, ਤੇ ਫਿਰ ਉਸ ਦੇ ਮਨ ਵਿੱਚ ਪਾਪ ਕਰਨ ਦੀ ਰੁਚੀ ਨਾ ਰਹੇ, ਮਨੋਂ ਪਾਪ ਕਰਨ ਲਈ ਨਫ਼ਰਤ ਹੋ ਜਾਏ। ਜਦੋਂ ਮਨ ਇਸ ਤਰ੍ਹਾਂ ਸਾਫ਼ ਹੋ ਜਾਏ ਤਾਂ ਸਜ਼ਾ ਲਈ ਮੁਆਫ਼ੀ ਵੀ ਹੋ ਜਾਂਦੀ। ਹਾਂ, ਜੇ ਪਾਪ ਦੀ ਸਜ਼ਾ ਇੱਕ ਵਾਰ ਭੁਗਤ ਵੀ ਲਈਏ ਪਰ ਪਾਪ ਕਰਨ ਦਾ ਖਿਆਲ ਮਨ ਵਿੱਚ ਟਿਕਿਆ ਰਹੇ ਤਾਂ ਵੀ ਹਰ ਹਾਲ ਸਜ਼ਾ ਜ਼ਰੂਰ ਮਿਲੇਗੀ। ਸਿਰਫ ਪਾਪ ਦੇ ਹਿਰਦੇ ਵਿੱਚੋਂ ਖਤਮ ਹੋਣ 'ਤੇ ਸਜ਼ਾ ਖਤਮ ਹੁੰਦੀ ਹੈ, ਭਾਵੇਂ ਸਜ਼ਾ ਭੁਗਤੀ ਹੋਵੇ ਜਾਂ ਨਾ ਭੁਗਤੀ ਹੋਵੇ। ਵਾਹਿਗੁਰੂ ਸਜ਼ਾ ਦੀ ਮੁਆਫ਼ੀ ਦੇਣ ਤੋਂ ਪਹਿਲਾਂ ਪਾਪ ਦਾ ਬੀਜ ਨਾਸ ਕਰ ਦਿੰਦਾ। ਉਹ ਅਰਦਾਸ ਵਾਹਿਗੁਰੂ ਕੋਲ ਜ਼ਰੂਰ ਮਨਜ਼ੂਰ ਹੁੰਦੀ ਹੈ ਜਿਹੜੀ ਸੱਚੇ ਦਿਲ ਤੇ ਨੇਕ ਇਰਾਦੇ ਨਾਲ ਕੀਤੀ ਜਾਵੇ। ਖੁਦਗਰਜ਼ੀ
ਫਰੇਬ, ਕਮੀਨਾਪਣ, ਗੁੱਸਾ ਤੇ ਬੁਰਾਈਆਂ ਭਰੀਆਂ ਅਰਦਾਸਾਂ ਵਾਹਿਗੁਰੂ ਨੂੰ ਕਦੇ ਮਨਜ਼ੂਰ ਨਹੀਂ ਹੁੰਦੀਆਂ। ਖੁਸ਼ੀ ਦਾ ਦਿਨ, ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸਾਰਾ ਦਿਨ ਖੁਸ਼ੀ ਵਿੱਚ ਗੁਜ਼ਰੇ, ਪਰ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ। ਜੇ ਕੋਈ ਖੁਸ਼ੀ ਆਉਂਦੀ ਵੀ ਹੈ ਤਾਂ ਬਿਲਕੁਲ ਥੋੜ੍ਹੇ ਚਿਰ ਵਾਸਤੇ। ਹਮੇਸ਼ਾ ਦੀ ਖੁਸ਼ੀ ਦਾ ਤਾਂ ਇਸ ਦੁਨੀਆਂ ਵਿੱਚ ਨਾਮ ਹੀ ਨਹੀਂ ਹੈਗਾ, ਹੋਵੇ ਵੀ ਕਿਸ ਤਰ੍ਹਾਂ? ਜਦੋਂ ਸਾਰੀ ਦੁਨੀਆਂ ਤੇ ਇਸ ਦੀ ਹਰ ਚੀਜ਼ ਹਰ ਪਲ ਬਦਲ ਰਹੀ ਹੈ, ਤਾਂ ਇਸ ਬਦਲਦੀ ਹੋਈ ਦੁਨੀਆਂ ਵਿੱਚ ਕਿਸੇ ਸਦੀਵੀ ਚੀਜ਼ ਦੀ ਭਾਲ ਕਰਨੀ ਜਾਂ ਉਮੀਦ ਰੱਖਣੀ, ਫਿਰ ਉਦਾਸੀ ਤੋਂ ਇਲਾਵਾ ਹੋਰ ਕੀ ਦੇ ਸਕਦਾ ਹੈ? ਭਾਵ ਮਾਯੂਸੀ ਹੀ ਮਿਲੇਗੀ। ਆਓ ਤੁਹਾਨੂੰ ਗੁਰਸਿੱਖ ਦੀ ਜ਼ਿੰਦਗੀ ਦੇ ਇੱਕ ਦਿਨ ਦਾ ਨਮੂਨਾ ਪੇਸ਼ ਕਰਨੇ ਆ, ਜਿਸ ਤੋਂ ਪਤਾ ਲੱਗੇਗਾ ਕਿ ਜੇਕਰ ਕੋਈ ਸਦਾ ਦੀ ਖੁਸ਼ੀ ਲੱਭਣਾ ਚਾਹੇ ਤਾਂ ਜ਼ਰੂਰੀ ਹੈ ਕਿ ਉਹ ਕਦੇ ਨਾ ਬਦਲਣ ਵਾਲੇ ਤੇ ਹਮੇਸ਼ਾ ਇੱਕ ਰਸ ਕਾਇਮ ਰਹਿਣ ਵਾਲੇ ਵਾਹਿਗੁਰੂ ਨਾਲ ਆਪਣੇ ਮਨ ਦੀ ਤਾਰ ਜੋੜ ਲਵੇ। ਇਸ ਤੋਂ ਇਲਾਵਾ ਹੋਰ ਲੱਖਾਂ ਕੋਸ਼ਿਸ਼ਾਂ ਕਰ ਲਵੇ, ਕਦੇ ਵੀ ਕਾਮਯਾਬੀ ਨਹੀਂ ਹੋ ਸਕਦੀ ਤੇ ਖੁਸ਼ੀ ਅਟਲ ਨਹੀਂ ਰਹਿ ਸਕਦੀ। ਇੱਕ ਗੁਰਸਿੱਖ ਦਾ ਸਾਰਾ ਖੁਸ਼ੀ ਵਾਲਾ ਦਿਨ ਦੱਸਣ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਗੁਰਸਿੱਖ ਦਾ ਨਿਸ਼ਚਾ ਕੀ ਹੈ। ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ, ਹਰ ਅੱਖਰ ਤੇ ਹਰ ਸ਼ਬਦ ਨੂੰ ਸਮਝ ਸਮਝ ਕੇ ਪੜ੍ਹਨਾ, ਵਾਰ ਵਾਰ ਪੜ੍ਹਨਾ ਜਦੋਂ ਤੱਕ ਉਸ ਦੀ ਪੂਰੀ ਸਮਝ ਨਾ ਆ ਜਾਵੇ, ਅਤੇ ਅੱਗੇ ਪਾਠ ਨਾ ਕਰਨਾ ਜਦੋਂ ਤੱਕ ਸਮਝ ਨਹੀਂ ਆਉਂਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਉੱਤੇ ਸ਼ੱਕ ਤੋਂ ਬਿਨਾਂ ਪੂਰਾ ਵਿਸ਼ਵਾਸ ਰੱਖਣਾ, ਉੱਥੇ ਦੱਸੇ ਹੋਏ ਨਿਯਮਾਂ ਤੇ ਅਸੂਲਾਂ ਨੂੰ ਪੂਰੀ ਤਰ੍ਹਾਂ ਯਾਦ ਕਰ ਲੈਣਾ ਤੇ ਸੁਰਤੀ ਵਿੱਚ ਟਿਕਾ ਲੈਣਾ ਤੇ ਸਾਰੇ ਦਿਨ ਦੇ ਕੰਮਕਾਰ ਦੀ ਵਰਤੋਂ ਵਿੱਚ ਲਿਆਉਣਾ, ਮੂੰਹ ਵਿੱਚ ਹਰ ਵੇਲੇ ਵਾਹਿਗੁਰੂ ਦਾ ਜਾਪ ਕਰਦੇ ਰਹਿਣਾ ਤੇ ਵਾਹਿਗੁਰੂ ਨੂੰ ਹਰ ਵੇਲੇ ਆਪਣੇ ਕੋਲ ਅਤੇ ਆਪਣੇ ਅੰਦਰ ਵੇਖਣਾ, ਉਸ ਨੂੰ ਸਭ ਕੰਮਕਾਰ, ਕਾਰੋਬਾਰ ਅਤੇ ਹਰ ਤਰ੍ਹਾਂ ਦੀ ਸਫਲਤਾ ਦਾ ਰਾਹ ਦੱਸਣ ਵਾਲੀ ਸ਼ਕਤੀ ਸਮਝਣਾ, ਵਾਹਿਗੁਰੂ ਨੂੰ ਸਰਵ ਵਿਆਪਕ ਵੇਖਣਾ ਤੇ ਸਭ ਮਨੁੱਖਾਂ ਨੂੰ ਉਸ ਦੀ ਜੋਤ ਵੇਖਣਾ, ਹਰ ਪਾਸੇ ਅਮਨ ਅਤੇ ਚੈਨ ਹੀ ਤੱਕਣਾ। ਸਾਰੀ ਕੋਸ਼ਿਸ਼ ਇਸ ਗੁਰਸਿੱਖ ਦੀ ਇਹ ਹੈ ਕਿ ਉਹ ਇਸ ਹਨੇਰੀ ਦੁਨੀਆਂ ਨੂੰ ਵਾਹਿਗੁਰੂ ਦੇ ਨੂਰ ਨਾਲ ਰੌਸ਼ਨ ਕਰਕੇ ਇਸ ਨੂੰ ਸੱਚਖੰਡ ਬਣਾ ਕੇ ਸਾਰਾ ਦਿਨ ਇਹਦੇ ਵਿੱਚ ਬਤੀਤ ਕਰੇ। ਇਹ ਗੁਰਸਿੱਖ ਅੰਮ੍ਰਿਤ ਵੇਲੇ ਜਾਗਿਆ, ਨੀਂਦ ਖੁੱਲਣ ਤੇ ਹਾਲਾਂ ਬਿਸਤਰੇ ਵਿੱਚ ਹੀ ਹੈ ਬਈ ਉਸ ਦੀ ਅਰਦਾਸ ਸ਼ੁਰੂ ਹੋ ਗਈ। ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਮੇਰੇ ਪਿਆਰੇ ਦਾਤਾ ਜੀ, ਤੁਸੀਂ ਮੇਰੇ ਕੋਲ ਹੋ। ਤੁਹਾਡੇ ਕੋਲ ਹੋਣ ਕਾਰਨ ਹਿਰਦੇ ਵਿੱਚ ਬਹੁਤ ਠੰਡ ਪੈ ਰਹੀ ਹੈ। ਸਾਰੀ ਰਾਤ ਮਿੱਠੀ ਨੀਂਦ ਦੇ ਰੂਪ ਵਿੱਚ ਵੀ ਤੁਸੀਂ ਹੀ ਸੁੱਖ ਦਿੱਤਾ ਹੈ। ਭੈੜੇ ਸੁਪਨਿਆਂ ਤੋਂ ਬਿਨਾਂ ਸਾਫ਼ ਅਤੇ ਗਹਿਰੀ ਨੀਂਦ ਦਾ ਸ਼ੁਕਰ ਹੈ। ਹੇ ਮੇਰੇ ਦਾਤਾ ਜੀ, ਹੁਣ ਤੁਸੀਂ ਆਪ ਹੀ ਜਗਾਇਆ, ਇਹ ਤੁਹਾਡੀ ਮਿਹਰ ਹੈ ਤੇ ਤੁਸੀਂ ਆਪ ਹੀ ਅੰਦਰ ਬੈਠ ਕੇ ਆਪਣੇ ਭਜਣ ਦਾ ਰਸਤਾ ਦੱਸ ਰਹੇ ਹੋ। ਇਸ ਨੀਂਦ ਦੇ ਆਨੰਦ ਵਿੱਚੋਂ ਕੱਢ ਕੇ ਹੁਣ ਸਿਮਰਨ ਦੇ ਮਹਾਂ ਆਨੰਦ ਵਾਸਤੇ ਮੈਨੂੰ ਤਿਆਰ ਕੀਤਾ, ਇਹ ਵੀ ਤੁਹਾਡੀ ਮਿਹਰ ਹੈ। ਤੁਸੀਂ ਪਿਤਾ ਹੋ, ਮਾਤਾ ਹੋ ਅਤੇ ਤੁਹਾਡੇ ਸਹਾਰੇ ਤੇ ਮੈਂ ਚੱਲ ਰਿਹਾ। ਇਸ ਅਰਦਾਸ ਤੋਂ ਮਗਰੋਂ ਇਹ ਗੁਰਸਿੱਖ ਕੁਝ ਮਿੰਟਾਂ ਵਿੱਚ ਆਪਣੀਆਂ ਸਰੀਰਕ ਲੋੜਾਂ ਤੋਂ ਫਾਰਗ ਹੋ ਕੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਗਿਆ।
उसने की सिमरन कीता ते किवें कीता इह ते ओही जाणदा है। पर इन्ना जरूर जापदा सी कि कुछ घंटियां दी इस मुशक्कत मगरों तकेवें दी थां ते सिमरन दे महा आनंद ने होर भी ताकत भर दित्ती है। उसदे चेहरे ते तरोताजगी खुशी अते मेहर भरी लाली मन विच चैन ते बेफिकरी ते शरीर विच चुस्ती ते फुरती नजर आउंदी है। सिमरन तो मगरों उसने अरदास कीती, वाहिगुरु जी तेरा शुकर है, तेरी मेहर है कि सिमरन दे समय मैनू अपने दरबार विच थां दे रखी है। इस सचखंड दे नजारे ने मेरा मन बड़ा ठंडा कीता है, सारा मन खुशी नाल भर गया है। सचखंड विच बैठिया मेरियां सब जरूरतां पूरियां हो गईयां ने ते हुण किसे गल दी भुख नहीं रही। हुण दुनियावी कम कार दा वेला शुरू होण लगा है, मेहर करो ते मेरी सुरती उसे हालत विच रखो जिहड़ी तुसी सिमरन वेले मैनू बख्शी सी। मैं उसे सुरत नाल कार विहार करां ते उसे तरह हर पासे पूर्णताई खुशी कामयाबी ते मन दा चैन दिसे। मैं इस दुनियावी माया दी सुरत तो हमेशा दूर रवां। हर मनुख दा दुनिया विच सदा ए तरीका अपनाउण दी कोशिश है कि वो दुनिया दी किसे एक खुशी नूं हासिल करन दी कोशिश करदा है ते जदों तक वो खुशी जां उम्मीद पूरी ना होवे तां कोशिश वधाउंदा जांदा है। जदों वह उम्मीद पूरी हो जाए तो थोड़ा चिर उसकी खुशी मना के फिर किसी होर आस दे मगर लग जाता है। पहली खुशी नूं भुल जाता है भावें कि उस खुशी का फल उसके कोल भी होवे। इस तरह हर नवी आस दे मगर लगना ते आस पूरी होण ते उसनूं भुल जाना ते नवे फिकर ते नवीआं आसां दे मगर लग के कामयाबी ते खुशी हासिल करन दी कोशिश करनी उसदा सुभाअ ते आदत बन जांदा है। इह दौड़ भज सारी उम्र लगी रहिंदी है ते चैन नाल नहीं बहण दिंदी। इस गुरसिख ने इस हर वेले दी दौड़ भज नूं इस तरह काबू कीता होया। ये सब खुशियां ते कामयाबियां जो अज तक मिल चुकियां ने उन्हां नूं वाहिगुरु की कृपा का नतीजा समझदा है, अपनियां कोशिशां का फल नहीं समझदा। हर रोज सारियां कामयाबियां नूं याद करके वाहिगुरु का शुक्र करदा है ते अपने आले दुआले खुशियां इकट्ठियां करके बड़ा आनंद माणदा है ते ये आनंद सारा दिन उसका दिल खुश रखता है। जिहड़ियां गुंझलां ते औखे काम दिन विच इस गुरसिख नूं दिसदे ने उहनां नूं वेख के घबराउंदा नहीं, क्योंकि उहनूं पता है कि माया दे रंग झूठे ते कमजोर ने, जिहड़े कि वाहिगुरु जी दी रोशनी नाल अपना रंग बदल के फौरन खुशी देण वाले हो जांदे ने। इस वास्ते वह वाहिगुरु की जोत नूं हर वेले अपने अंदर मौजूद वेखदा सी ते सब कम्मां विच उसदा हथ प्रतीत करदा सी। उसनूं इस वास्ते गुंझलां नूं सुलझाउण वास्ते कोई दिक्कत नहीं सी पेश आउंदी, सब कम्मां नूं वाहिगुरु दे कम समझदा सी। जिस तरह वाहिगुरु अपने कम 24 घंटे जारी रखदा ते थकदा नहीं, आराम की लोड़ नहीं महसूस करदा अते अपने हर काम विच आनंद प्रतीत करदा है, इस तरह गुरसिख भी हर काम करन विच आनंद प्रतीत करदा सी ते थकेवें दे ख्याल नूं कोल नहीं सी आउण देंदा। हर वक्त इसदा मन इको आनंद दे टिकाणे विच रहिंदा सी। घबराहट, गुस्सा, बेचैनी ते मायूसी इन्हां मन नूं हिला देण वालियां खराबियां नूं नेड़े नहीं सी आउण देंदा। ये माया दे सारे रंग
ਜੋ ਕਿਸੇ ਕਾਲੇ ਹਨੇਰੇ ਦੇ ਪਲੇ ਹੋਏ ਨੇ, ਗੁਰੂ ਦੇ ਸਿੱਖ ਕੋਲ ਆਉਣ ਵੀ ਕਿਸ ਤਰ੍ਹਾਂ? ਕਿਉਂਕਿ ਗੁਰੂ ਦੇ ਸਿੱਖ ਦੇ ਅੰਦਰ ਤੇ ਬਾਹਰ ਤਾਂ ਵਾਹਿਗੁਰੂ ਦੇ ਨੂਰ ਦਾ ਪ੍ਰਕਾਸ਼ ਹੈ। ਕਾਲੀਆਂ ਹਨੇਰੀਆਂ ਮਾਇਆ ਦੀਆਂ ਸ਼ਕਲਾਂ ਜੇ ਉੱਥੇ ਆ ਵੀ ਜਾਣ ਤਾਂ ਸਭ ਸੜ ਜਾਣਗੀਆਂ, ਬਰਬਾਦ ਹੋ ਜਾਣਗੀਆਂ। ਇਸੇ ਕਰਕੇ ਮਾਇਆ ਦੀਆਂ ਇਹ ਕਾਲੀਆਂ ਹਨੇਰੀਆਂ ਸ਼ਕਲਾਂ ਡਰ ਦੇ ਮਾਰੇ ਪਰਾਂ ਪਰਾਂ ਹੀ ਰਹਿੰਦੀਆਂ ਨੇ। ਇਸ ਗੁਰੂ ਕੇ ਸਿੱਖ ਨੂੰ ਗਿਆਨ ਸੀ ਕਿ ਮੇਰੀ ਆਮਦਨੀ ਦਾ ਸਹਾਰਾ ਮੇਰਾ ਕਾਰੋਬਾਰ ਨਹੀਂ, ਕੰਮ ਕਰਨਾ ਜ਼ਰੂਰੀ ਏ ਤੇ ਉਹ ਕੰਮ ਵਾਹਿਗੁਰੂ ਦਾ ਸਮਝ ਕੇ ਕਰਨਾ। ਉਹ ਕੰਮ ਵਿੱਚ ਲੋਕਾਂ ਨੂੰ, ਵਾਹਿਗੁਰੂ ਦੇ ਬੱਚਿਆਂ ਨੂੰ ਰਿਆਇਤ ਕਰਨ ਤੋਂ ਨਹੀਂ ਸੀ ਝਿਜਕਦਾ। ਆਪਣਾ ਮੁਨਾਫਾ ਮਿਲੇ ਜਾਂ ਨਾ ਮਿਲੇ, ਠੀਕ ਮੌਕੇ ਤੇ ਬੜੀਆਂ ਰਿਆਇਤਾਂ ਕਰਦਾ ਸੀ ਅਤੇ ਇਹਨਾਂ ਰਿਆਇਤਾਂ ਦੇ ਬਦਲੇ ਲੋਕਾਂ ਦੀ ਅਸੀਸ ਤੇ ਹਮਦਰਦੀ ਫੌਰਨ ਸ਼ਕਲ ਬਦਲ ਕੇ ਬਰਕਤ ਦੇ ਰੂਪ ਵਿੱਚ ਉਸਦੇ ਕਾਰੋਬਾਰ ਵਿੱਚ ਪ੍ਰਗਟ ਹੁੰਦੀ ਸੀ ਅਤੇ ਉਸ ਗੁਰਸਿੱਖ ਦੀਆਂ ਜ਼ਰੂਰਤਾਂ ਤੋਂ ਬਹੁਤ ਜ਼ਿਆਦਾ ਮੁਨਾਫਾ ਨਿਕਲਦਾ ਸੀ। ਕੰਮ ਦੇ ਵਿੱਚ ਮੁਸ਼ਕਲਾਂ ਤੇ ਗੁੰਝਲਾਂ ਆਮ ਕਰਕੇ ਪੈਂਦੀਆਂ ਹੀ ਨਹੀਂ ਸਨ ਤੇ ਜੇ ਕਿਤੇ ਆ ਵੀ ਜਾਣ ਤਾਂ ਬੜੀ ਜਲਦੀ ਦੂਰ ਹੋ ਜਾਂਦੀਆਂ ਸਨ, ਕਿਉਂਕਿ ਉਹ ਇਹਨਾਂ ਗੁੰਝਲਾਂ ਤੇ ਮੁਸ਼ਕਲਾਂ ਨੂੰ ਝੂਠੀ ਮਾਇਆ ਦੇ ਕੱਚੇ ਤੇ ਕਮਜ਼ੋਰ ਰੰਗ ਸਮਝਦਾ ਸੀ ਤੇ ਇਹਨਾਂ ਨੂੰ ਡਰਾਉਣੇ ਦਰਜੇ ਤੱਕ ਉੱਚਾ ਹੋਣ ਤੋਂ ਪਹਿਲਾਂ ਹੀ ਨਾਮ ਦੇ ਨੂਰ ਨਾਲ ਇਹਨਾਂ ਦੇ ਕਾਲੇ ਹਨੇਰੇ ਰੰਗਾਂ ਨੂੰ ਉਡਾ ਦਿੰਦਾ ਸੀ। ਜਿੱਥੇ ਵਾਹਿਗੁਰੂ ਹਾਜ਼ਰ ਨਾਜ਼ਰ ਹੋਵੇ ਉੱਥੇ ਮਾਇਆ ਜਿਉਂਦੀ ਰਹਿ ਵੀ ਨਹੀਂ ਸਕਦੀ। ਇਹ ਉਸ ਗੁਰਸਿੱਖ ਦਾ ਮੰਤਰ ਸੀ। ਆਪਣੇ ਵਪਾਰ ਵਿੱਚ ਡੂੰਘੀਆਂ ਸੋਚਾਂ ਦੀ ਲੋੜ ਉਸ ਨੂੰ ਨਹੀਂ ਸੀ ਪੈਂਦੀ, ਕਿਉਂਕਿ ਵਾਹਿਗੁਰੂ ਨੂੰ ਆਪਣੇ ਅੰਦਰ ਮੌਜੂਦ ਵੇਖ ਕੇ ਉਹ ਹਰ ਮਸਲੇ ਦਾ ਉਪਾਅ ਵਾਹਿਗੁਰੂ ਨੂੰ ਹੀ ਸਮਝਦਾ ਸੀ। ਇਸ ਤਰ੍ਹਾਂ ਇਸ ਗੁਰਸਿੱਖ ਦਾ ਸਾਰਾ ਦਿਨ ਖੁਸ਼ੀ ਤੇ ਆਨੰਦ ਵਿੱਚ ਗੁਜ਼ਰਦਾ ਹੈ। ਮੇਰੇ ਪਿਆਰੇ ਵੀਰੋ, ਇਹ ਸਿਰਫ ਖਿਆਲੀ ਗੱਲਾਂ ਨਹੀਂ ਬਲਕਿ ਇਹਨਾਂ ਦੀ ਨੀਂਹ ਬਿਲਕੁਲ ਸੱਚ ਉੱਤੇ ਟਿਕੀ ਹੋਈ ਹੈ ਅਤੇ ਸੱਚ ਦਾ ਫੈਸਲਾ ਹੈ ਕਿ ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਲਗਾਤਾਰ ਖੁਸ਼ੀ ਵਾਲੀ ਜ਼ਿੰਦਗੀ ਕੋਈ ਵੀ ਨਹੀਂ ਗੁਜ਼ਾਰ ਸਕਦਾ। ਅੱਜ ਜਾਂ ਕੱਲ, ਜਲਦੀ ਜਾਂ ਦੇਰ ਨਾਲ ਉਸ ਦਾ ਇਸ ਪਾਸੇ ਆਉਣਾ ਜ਼ਰੂਰੀ ਹੈ, ਕਿਉਂਕਿ ਮਾਇਆ ਦੇ ਝੂਠੇ ਰੰਗਾਂ ਨੇ ਕਦੇ ਵੀ ਕਾਇਮ ਨਹੀਂ ਰਹਿਣਾ ਅਤੇ ਇਹਨਾਂ ਉੱਤੇ ਇਤਬਾਰ ਜਾਂ ਸਹਾਰਾ ਕਰਨ ਵਾਲੇ ਬੰਦੇ ਨੂੰ ਹਰ ਹਾਲ ਉਦਾਸੀ ਤੇ ਮਾਯੂਸੀ ਦਾ ਮੂੰਹ ਵੇਖਣਾ ਪਵੇਗਾ। ਵਾਹਿਗੁਰੂ ਸਰਬ ਵਿਆਪਕ ਹੈ। ਘਟ ਘਟ ਰਵ ਰਿਆ ਬਨਵਾਰੀ, ਜਲ ਥਲ ਮਈਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਸੋਰਠ ਮਹਿਲਾ ਪੰਜਵਾਂ। ਜਾਂ ਫਿਰ, ਨਗਰ ਮੈਂ ਆਪ ਬਾਹਰ ਫੁਣ ਆਪਨ, ਪ੍ਰਭ ਮੇਰੇ ਕੋ ਸਗਲ ਬਸੇਰਾ, ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ। ਬਿਲਾਵਲ ਮਹਿਲਾ ਚੌਥਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਰ ਬਾਰ ਇਸ ਗੱਲ ਦਾ ਜ਼ਿਕਰ ਹੈ ਕਿ ਵਾਹਿਗੁਰੂ ਸਰਬ ਵਿਆਪਕ ਹੈ ਤੇ ਅਸੀਂ ਤਕਰੀਬਨ ਰੋਜ਼ ਹੀ ਗੁਰੂ ਦੇ ਐਸੇ ਬਚਨ ਪੜ੍ਹਦੇ ਹਾਂ ਜਿਨ੍ਹਾਂ ਵਿੱਚ ਸਾਫ ਸਾਫ ਲਿਖਿਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਤੇ ਵਸਦਾ ਹੈ। ਪਰ ਅਸਲ ਵਿੱਚ ਅਮਲੀ ਤੌਰ ਤੇ ਪ੍ਰੈਕਟੀਕਲੀ ਵਾਹਿਗੁਰੂ ਨੂੰ ਸਰਵ ਵਿਆਪਕ ਵੇਖਣ ਦੀ ਨਾਂ ਤੇ ਅਸੀਂ ਕਦੇ ਕੋਸ਼ਿਸ਼ ਕੀਤੀ ਹੈ ਤੇ ਨਾ ਹੀ ਸਾਨੂੰ ਕਦੇ ਵਾਹਿਗੁਰੂ ਸਰਵ ਵਿਆਪਕ ਜਾਪਿਆ। ਜੇ ਸਰਵ ਵਿਆਪਕ ਦੀ ਸਮਝ ਆ ਜਾਵੇ ਅਤੇ ਸਰਵ ਵਿਆਪਕ ਦਿਸੇ ਤਾਂ ਉਸ ਦੇ ਨਤੀਜੇ ਵਜੋਂ ਥੋੜ ਬਿਮਾਰੀ, ਬੇਚੈਨੀ, ਫਿਕਰ, ਗਮ ਆਦਿਕ ਸਭ ਦੂਰ ਹੋ ਜਾਣ ਤੇ ਇਹਨਾਂ ਬੁਰਾਈਆਂ ਦੀ ਥਾਂ ਤੇ ਚੰਗੀ ਸਿਹਤ, ਅਰੋਗਤਾ,
अनलिमिटेड दाता चैन खुशी आनंद दा जाहर हो जाना जरूरी है। जे सब गल्लां साडे जीवन विच नहीं आईयां तां समझो कि अजे असीं वाहिगुरु नूं सर्वव्यापक वेखण ते समझण दी जाच नहीं सिखी। होर कोशिश करो जदों तक के पूरा नतीजा ना निकले, क्योंकि कुदरत दा कानून है, जिथे वाहिगुरु दिसेगा उसकी रचना दिसेगी उथे सारे सुख ते आनंद नजर आवेगा, ते जिथे माया ते उसकी रचना दिसेगी उथे सब बुराइयां ही दिसणगियां। इस वास्ते असी अपनी सुरत विच जिस तरह की दुनिया बनावांगे उसे तरह का नतीजा निकलना जरूरी है, कदे गलती नहीं हो सकती। वाहिगुरु नूं सर्वव्यापक वेखणा ते उस नाल अपनी सुरत दी दुनिया नूं सब सुखां ते आनंद विच वेखणा कोई औखी गल नहीं। हां, सिर्फ ते सिर्फ रोज रोज सानू इस दा अभ्यास करन दी जां प्रैक्टिस करन दी लोड़ है। सब तो पहला यह गल समझण दी लोड़ है कि माया वाहिगुरु दी गैर हाजरी दा नाम है। वाहिगुरु तां सुख ते आनंद है, ते माया उस दे उल्ट दुखां ते तकलीफां दा घर है। माया दे रंग सुभने वांग झूठे ने, कमजोर ने, निरा दिखावा ते हर वेले बदलण वाले ने। वाहिगुरु दे रंग सच्चे ने, सदा कायम रहण वाले, कदे ना बदलण वाले ने। मनुख दी सुरत माया नूं वेख रही है। जदों इस सुरत नूं ज्ञान हासिल हो जाए तां इह वाहिगुरु नूं सर्वव्यापक वेखदी है, ते माया दे झूठे रंग सब बदल जांदे ने, ते उसे ही तकलीफां वाली दुनिया विच सुख ते आनंद नजर आउंदा है। वाहिगुरु प्रबल ते सच्चा है, माया निर्बल ते झूठी है। इस वास्ते वाहिगुरु नूं सुरत विच लियाउण नाल माया दा नस जाना जरूरी है। वाहिगुरु नूं सर्वव्यापक वेखण वास्ते हर चीज विच उस दा प्रकाश वेखो, हर चीज प्रकाश नाल बदली होई वेखो, दुखां ते तकलीफां दी थां ते सुख अते आनंद वेखो, बीमार नूं राजी वेखो, दुश्मन नूं दोस्त वेखो, धोखेबाज ते बेईमान नूं सच्चा ते ईमानदार वेखो। थोड़ी थां ते हर चीज दी बौतात महसूस करो। मायूसी ते नाकामयाबी नूं वाहिगुरु दे प्रकाश विच कोई थां नहीं मिल सकती। इस दी थां ते खुशी ते कामयाबी वेखो। माया दे हर रंग नूं वाहिगुरु दे प्रकाश नाल उल्टिया होया वेखो। हर पासे प्रेम ही प्रेम वेखो। डर, बीमारी, मौत, पाप, गलतियां, ये सब खतरनाक माया दे खतरनाक दूतां दी तरह हर वेले साडे सामने आ खड़ोंगे। पर चेते रहे, जे असी माया नूं गैर हाजर वेखण दा सुभा बना लईए ते वाहिगुरु नूं हाजर वेखण दा सुभा बना लईए, तां माया दी गैर हाजरी दे नाल नाल ये सब चीजां, डर, बीमारी, मौत, पाप ते गलती आदक, ये सब आपे ही गायब हो जाणगे। वाहिगुरु दे गुण जिहड़े श्री गुरु ग्रंथ साहिब जी विच लिखे ने, उहनां नूं सब चीजां विच प्रकाशमान होया वेखो, ते माया दे दुख देण वाले सारे रंग खत्म होए वेखो। भावें माया विच खुल्लियां अखां कुछ भी दसन, कुछ भी वेखण, अपनी सुरती नूं इन्ना बदलना है कि जो दिस रहा है उसनूं झूठा ते गलत समझो, ते उहदे विच वाहिगुरु दा नूर वेख के उन्हां सब कुछ दियां बुरियां शकलां नूं भला वेखण दी आदत पाओ। जिस तरह रेल गड्डी विच बैठियां सारे दरखत दौड़दे ने, ये साड़ी नज़र का धोखा है। असल विच ते दरख्त खड़े ने,
ਭਾਵੇਂ ਸਾਡੀਆਂ ਅੱਖਾਂ ਕਹਿਣ ਕਿ ਦਰਖਤ ਦੌੜ ਰਹੇ ਨੇ, ਪਰ ਇਸ ਦੇ ਬਾਵਜੂਦ ਸਾਨੂੰ ਵਿਸ਼ਵਾਸ ਹੋਵੇ ਕਿ ਦਰਖਤ ਖੜੇ ਨੇ। ਇਸ ਤਰ੍ਹਾਂ ਦੇ ਅਭਿਆਸ ਨਾਲ ਸੱਚਮੁੱਚ ਦੁਨੀਆ ਬਦਲ ਜਾਏਗੀ। ਦਿਸਣ ਅਤੇ ਭਾਸਣ ਵਾਲੀ ਦੁਨੀਆ ਦੇ ਅੰਦਰ ਇੱਕ ਹੋਰ ਦੁਨੀਆ ਸੱਚਖੰਡ ਦੇ ਨਜ਼ਾਰੇ ਦਿਖਾਉਣ ਵਾਲੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਸ਼ਬਦ ਵਿੱਚ ਇਸ ਤਰ੍ਹਾਂ ਦੀ ਬਦਲੀ ਹੋਈ ਦੁਨੀਆ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ, ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੈ, ਸੋਗ ਨਾਹੀ ਸਦਾ ਹਰਖੀ ਹੈ ਰੇ, ਛੋੜ ਨਾਹੀ ਕਿਛ ਲੇਤੈ, ਕਉ ਨਾਨਕ ਜਨ ਹਰ 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 ਹੈ, ਕਤ ਆਵੈ ਕਤ ਰਮਤੈ। ਜਾਂ ਧਨਾਸਰੀ ਰਾਗ ਵਿੱਚ ਇਸ ਤਰ੍ਹਾਂ ਆਖਦੇ ਨੇ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੈ ਰਾਜਨ। ਆਓ ਕੁਝ ਉਦਾਹਰਣਾਂ ਨੂੰ ਸਮਝਣ ਦਾ ਯਤਨ ਕਰਨੇ ਹਾਂ ਕਿ ਵਾਹਿਗੁਰੂ ਕਿਵੇਂ ਸਰਵ ਵਿਆਪਕ ਹੈ ਤੇ ਇਸ ਦਾ ਲਾਭ ਕੀ ਹੈ। ਪਹਿਲੀ ਉਦਾਹਰਣ, ਇੱਕ ਗੁਰਸਿੱਖ ਨੂੰ ਸਵੇਰੇ ਸੁੱਤਿਆਂ ਉੱਠਦਿਆਂ ਸਾਰ ਆਪਣੇ ਸਰੀਰ ਉੱਤੇ ਬੁਖਾਰ ਮਹਿਸੂਸ ਹੋਇਆ। ਇਹ ਗੁਰੂ ਕਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਤੇ ਸਮਝਣ ਤੇ ਵਾਹਿਗੁਰੂ ਦੇ ਸਰਵ ਵਿਆਪੀ ਵੇਖਣ ਦਾ ਅਭਿਆਸ ਕਰਦਾ ਹੈ, ਇਸ ਲਈ ਬੁਖਾਰ ਵੇਖ ਕੇ ਬਿਲਕੁਲ ਨਹੀਂ ਘਬਰਾਇਆ, ਸਗੋਂ ਮਨ ਵਿੱਚ ਇਹ ਅਰਦਾਸ ਕਰ ਰਿਹਾ ਹੈ, ਹੇ ਵਾਹਿਗੁਰੂ ਤੂੰ ਤਾਂ ਸਰਵ ਵਿਆਪਕ ਹੈ, ਮੇਰੇ ਅੰਦਰ ਵੀ ਵਸ ਰਿਹਾ, ਮੈਂ ਤੇ ਤੇਰੀ ਜੋਤ ਹਾਂ, ਤੇਰੀ ਜੋਤ ਨੂੰ ਨਾ ਬਿਮਾਰੀ ਹੈ ਤੇ ਨਾ ਮੌਤ, ਤੇਰੀ ਮੌਜੂਦਗੀ ਵਿੱਚ ਮਾਇਆ ਹਰਗਿਜ਼ ਜ਼ਿੰਦਾ ਨਹੀਂ ਰਹਿ ਸਕਦੀ, ਤੇਰੇ ਨੂਰ ਨੇ ਮੇਰਾ ਸਾਰਾ ਅੰਦਰ ਚਾਨਣ ਨਾਲ ਭਰ ਦਿੱਤਾ ਹੈ, ਮਾਇਆ ਕਾਲੀ ਹਨੇਰੀ ਸ਼ਕਲ ਦਾ ਇਸ ਨੂਰ ਦੇ ਚਾਨਣ ਵਿੱਚ ਹੋ ਸਕਣਾ ਹੋ ਨਹੀਂ ਸਕਦਾ, ਭਾਵ ਮਾਇਆ ਹਨੇਰਾ ਹੋਣ ਕਰਕੇ ਚਾਨਣ ਦੇ ਹੁੰਦਿਆਂ ਹੀ ਭੱਜ ਜਾਏਗੀ, ਬਿਮਾਰੀ ਕੁਝ ਵੀ ਚੀਜ਼ ਨਹੀਂ, ਸਿਰਫ ਜਾਪਦੀ ਹੈ ਪਰ ਹੈ ਨਹੀਂ, ਤੂੰ ਸੱਚਾ ਹੈ ਤੇ ਹਮੇਸ਼ਾ ਕਾਇਮ ਹੈ, ਬਿਮਾਰੀ ਝੂਠੀ ਹੈ ਤੇ ਇਸ ਦੀ ਕੁਝ ਅਸਲੀਅਤ ਨਹੀਂ, ਇਸ ਲਈ ਇਹ ਹੈ ਹੀ ਨਹੀਂ, ਕਿਉਂਕਿ ਗੁਰਸਿੱਖ ਵਾਹਿਗੁਰੂ ਨੂੰ ਸਰਵ ਵਿਆਪਕ ਵੇਖਦਾ ਹੈ, ਇਸ ਲਈ ਅਰਦਾਸ ਕਰਨ ਨਾਲ ਹੀ ਬੁਖਾਰ ਦੇ ਸਾਰੇ ਲੱਛਣ ਗਾਇਬ ਹੋ ਗਏ ਤੇ ਉਹ ਗੁਰੂ ਕਾ ਸਿੱਖ ਵਾਹਿਗੁਰੂ ਦਾ ਸ਼ੁਕਰ ਕਰਕੇ ਕੰਮ ਤੇ ਚਲਾ ਗਿਆ। ਉਦਾਹਰਣ ਨੰਬਰ 2, ਮੁਕੱਦਮੇ ਦੇ ਬਾਰੇ ਵਿੱਚ। ਇੱਕ ਗੁਰਸਿੱਖ ਅਦਾਲਤ ਵਿੱਚ ਪੇਸ਼ ਹੋਇਆ, ਮੁਕੱਦਮਾ ਕਿਸੇ ਜਾਇਦਾਦ ਦੇ ਸੰਬੰਧ ਵਿੱਚ ਸੀ ਜਿਸ ਵਿੱਚ ਇਸ ਦਾ ਹੱਕ ਆਪਣੇ ਵਿਰੋਧੀ ਨਾਲੋਂ ਜ਼ਿਆਦਾ ਸੀ, ਇਹ ਸੱਚਾ ਸੀ। ਇਸ ਨੇ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਇਹ ਅਰਦਾਸ ਕੀਤੀ, ਹੇ ਵਾਹਿਗੁਰੂ ਤੂੰ ਸਰਵ ਵਿਆਪਕ ਹੈ, ਮੇਰੇ ਅੰਦਰ ਮੌਜੂਦ ਹੈ, ਮੇਰੇ ਅੰਦਰ ਸਦਾ ਸਾਰਾ ਸੱਚ ਹੀ ਸੱਚ ਭਰਿਆ ਹੋਇਆ, ਮੈਂ ਅਦਾਲਤ ਵਿੱਚ ਸੱਚ ਹੀ ਸੱਚ ਬੋਲਣਾ, ਜੱਜ ਦੇ ਅੰਦਰ ਵੀ ਹੇ ਮੇਰੇ ਵਾਹਿਗੁਰੂ ਤੂੰ ਆਪ ਵਸ ਰਿਹਾ, ਗਵਾਹਾਂ ਦੇ ਅੰਦਰ ਵੀ ਤੂੰ ਵਸ ਰਿਹਾ, ਮੇਰੇ ਮੁਕਾਬਲੇ ਵਾਲੇ ਮੇਰੇ ਵਿਰੋਧੀ ਵਿੱਚ ਵੀ ਤੂੰ ਹੈ, ਵਕੀਲਾਂ ਦੇ ਅੰਦਰ ਵੀ ਤੂੰ ਆਪ ਹੈ, ਸਭ ਪਾਸੇ ਸੱਚ ਹੀ ਸੱਚ ਹੈ, ਜਿੱਥੇ ਤੂੰ ਹੈ ਉੱਥੇ ਮਾਇਆ ਝੂਠੀ ਮਾਇਆ ਜਿਉਂਦੀ ਨਹੀਂ ਰਹਿ ਸਕਦੀ, ਜਿੱਥੇ ਸੱਚ ਹੈ ਉੱਥੇ ਝੂਠ ਕਾਇਮ ਨਹੀਂ ਰਹਿ ਸਕਦਾ। ਇਹ ਅਰਦਾਸ ਘਰ ਵੀ ਕੀਤੀ ਤੇ ਅਰਦਾਸ ਅਦਾਲਤ ਵਿੱਚ ਜਾ ਕੇ ਵੀ ਕਰਦਾ ਰਿਹਾ। ਬੜੀ ਹੈਰਾਨੀ ਦੀ ਗੱਲ ਹੈ ਕਿ ਮਹੀਨਿਆਂ ਵਿੱਚ ਮੁੱਕਣ ਵਾਲਾ ਫੈਸਲਾ ਥੋੜੇ ਦਿਨਾਂ ਵਿੱਚ ਹੀ ਨਿਬੜ ਗਿਆ ਤੇ ਸਭ ਪਾਸੇ ਸੱਚ ਦੀ ਹੀ ਜੈ ਜੈਕਾਰ ਹੋ ਗਈ। ਉਦਾਹਰਣ ਨੰਬਰ 3, ਇਸ ਗੁਰਸਿੱਖ ਨੇ ਆਪਣੇ ਕਾਰ ਵਿਹਾਰ ਬਾਰੇ ਇੱਕ ਬੜੀ ਜ਼ਰੂਰੀ ਗੱਲ ਦਾ ਫੈਸਲਾ ਕਰਨਾ ਸੀ।
ਤੇ ਜਿਸ ਨਾਲ ਫੈਸਲਾ ਕਰਨਾ ਸੀ ਉਹ ਕਾਰੋਬਾਰ ਵਿੱਚ ਬੜਾ ਮਸ਼ਹੂਰ ਆਦਮੀ ਸੀ ਤੇ ਬਹੁਤ ਵੱਡੇ ਤਜਰਬੇ ਤੇ ਅਕਲ ਵਾਲਾ ਸੀ, ਨਾਲੇ ਬੜਾ ਚਾਲਬਾਜ਼ ਤੇ ਸਬਜ਼ ਬਾਗ ਵਿਖਾ ਕੇ ਫਸਾ ਲੈਣ ਵਾਲਾ ਤੇ ਸਦਾ ਚਲਾਕੀ ਵਾਲੀਆਂ ਗੱਲਾਂ ਕਰਨ ਵਾਲਾ ਸੀ। ਇਹ ਗੁਰਸਿੱਖ ਆਪਣੇ ਮਨ ਵਿੱਚ ਬਿਲਕੁਲ ਨਾ ਡਰਿਆ, ਕਿਉਂਕਿ ਇਸਨੂੰ ਪੂਰਾ ਯਕੀਨ ਹੈ ਕਿ ਵਾਹਿਗੁਰੂ ਦੇ ਕੋਲ ਹੁੰਦਿਆਂ ਮੈਂ ਕਦੇ ਵੀ ਕਿਸੇ ਜਾਲ ਵਿੱਚ ਨਹੀਂ ਫਸ ਸਕਦਾ। ਵਾਹਿਗੁਰੂ ਦੇ ਦਰਬਾਰ ਵਿੱਚ ਹਾਰ ਜਾਂ ਨਾਕਾਮਯਾਬੀ ਕਿਤੇ ਵੀ ਨਹੀਂ ਹੈਗੀ। ਵਾਹਿਗੁਰੂ ਕੋਲ ਹੁੰਦਿਆਂ ਸੱਚੀਆਂ ਤੇ ਵਾਜਬ ਮੰਗਾਂ ਨੂੰ ਕਦੇ ਵੀ ਹਾਰ ਨਹੀਂ ਹੋ ਸਕਦੀ। ਇਸ ਲਈ ਉਸ ਕੋਲ ਜਾਣ ਤੋਂ ਪਹਿਲਾਂ ਇਸ ਗੁਰਸਿੱਖ ਨੇ ਇਹ ਅਰਦਾਸ ਕੀਤੀ, ਹੇ ਵਾਹਿਗੁਰੂ, ਤੂੰ ਸਰਵ ਵਿਆਪਕ ਹੈ, ਮੇਰੇ ਅੰਗ ਸੰਗ ਹੈ, ਮੇਰੇ ਅੰਦਰ ਤੂੰ ਵਿਆਪ ਰਿਹਾ, ਸਭ ਸਮਝ ਤੇ ਅਕਲ ਤੇਰੀ ਹੈ, ਮੈਂ ਉਹ ਗੱਲ ਕਰਨੀ ਹੈ ਜੋ ਤੂੰ ਮੈਨੂੰ ਦੇਵੇਂਗਾ। ਜਿਹੜਾ ਕਾਰ ਵਿਹਾਰ ਮੈਂ ਕਰ ਰਿਹਾ ਇਹ ਤੇਰਾ ਹੈ ਤੇ ਇਸ ਨੂੰ ਚਲਾ ਵੀ ਤੂੰ ਰਿਹਾ, ਇਸ ਲਈ ਇਹਦੇ ਵਿੱਚ ਕਦੇ ਘਾਟਾ ਨਹੀਂ ਪੈ ਸਕਦਾ, ਸਦਾ ਵਾਧਾ ਹੀ ਵਾਧਾ ਹੋਵੇਗਾ। ਜਿਸ ਚੌਧਰੀ ਕੋਲ ਮੈਂ ਚੱਲਿਆ, ਲੋਕ ਭਾਵੇਂ ਉਸ ਦੇ ਬਾਰੇ ਵਿੱਚ ਕਿੰਨੀਆਂ ਭਿਆਨਕ ਗੱਲਾਂ ਵੀ ਕਿਉਂ ਨਾ ਕਰਨ, ਮੈਂ ਉਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਨੀ। ਮੈਂ ਤੇ ਉਸ ਵਿੱਚ ਵੀ ਤੇਰੀ ਜੋਤ ਵੇਖ ਰਿਹਾ ਜਿਸ ਵਿੱਚ ਸੱਚ ਤੇ ਹਮਦਰਦੀ ਭਰੀ ਹੋਈ ਹੈ। ਜਦੋਂ ਮੇਰੇ ਵਿੱਚ ਤੇ ਉਸ ਵਿੱਚ ਇੱਕੋ ਹੀ ਜੋਤ ਹੈ ਤਾਂ ਫਿਰ ਝਗੜਾ ਕਿਸ ਗੱਲ ਦਾ ਹੋਵੇਗਾ? ਜੋ ਮੈਂ ਕਹਾਂਗਾ ਉਹ ਮੰਨ ਲਏਗਾ ਤੇ ਜੋ ਕਹੇਗਾ ਉਹ ਮੇਰੇ ਮੰਨਣ ਯੋਗ ਹੋਵੇਗਾ। ਜਿੱਥੇ ਦੋ ਦਿਲ ਹੋਣ ਉੱਥੇ ਗੱਲ ਦਾ ਫਰਕ ਪੈ ਸਕਦਾ, ਪਰ ਜਿੱਥੇ ਇੱਕੋ ਦਿਲ ਭਾਵ ਵਾਹਿਗੁਰੂ ਦੋਵਾਂ ਵਿੱਚ ਹੋਵੇ ਉੱਥੇ ਕੋਈ ਫਰਕ ਕਿਵੇਂ ਆਵੇਗਾ? ਤੇਰੀ ਜੋਤ ਤੇ ਤੇਰਾ ਦਿਲ ਦੋਹਾਂ ਵਿੱਚ ਇੱਕ ਜੈਸਾ। ਇਹ ਅਰਦਾਸ ਕਰਕੇ ਤੇ ਆਪਣੇ ਮਨ ਵਿੱਚ ਟਿਕਾ ਕੇ ਉਹ ਉਸ ਚੌਧਰੀ ਨੂੰ ਮਿਲਣ ਚਲਾ ਗਿਆ। ਨਤੀਜਾ ਯਕੀਨੀ ਸੀ, ਘੰਟਿਆਂ ਦਾ ਕੰਮ ਮਿੰਟਾਂ ਵਿੱਚ ਮੁੱਕ ਗਿਆ। ਸਭ ਯੋਗ ਅਤੇ ਸੱਚੀਆਂ ਗੱਲਾਂ ਦੋਵੇਂ ਪਾਸੇ ਹੋਈਆਂ ਤੇ ਦੋਵੇਂ ਹੱਥ ਮਿਲਾ ਕੇ ਖੁਸ਼ੀ ਖੁਸ਼ੀ ਵਿਦਾ ਹੋ ਗਏ।